ਫਸਟ ਆਫ ਆਲ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਸਰਕਾਰ ਦੇ ਤਕਰੀਬਨ 6 ਮਹੀਨੇ ਪੂਰੇ ਹੋ ਗਏ ਇਟਸ ਮੈਨੂੰ ਲੱਗਦਾ 14 ਤਰੀਕ ਨੂੰ 6 ਦਿਨ ਘੱਟ ਐਂਡ ਇਟਸ ਅਬਾਊਟ 6 ਮੰਥਸ ਇੱਕ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਬਹੁਤ ਪ੍ਰੈਸ ਵਾਲੇ ਪੁੱਛਦੇ ਆ ਕਿ ਵਟ ਡੂ ਯੂ ਥਿੰਕ ਆਫ 6 ਮੰਥਸ ਪਰਫੋਰਮੈਂਸ ਆਫ ਗਵਰਨਮੈਂਟ ਕੀ ਤੁਸੀਂ 6 ਮਹੀਨੇ ਗਵਰਨਮੈਂਟ ਬਾਰੇ ਜਿਹੜੀ ਨਵੀਂ ਬਣੀ ਹੈ ਗਵਰਨਮੈਂਟ ਤੁਹਾਡਾ ਵਿਚਾਰ ਕੀ ਹੈ ਕਿਹੋ ਜਿਹੀ ਸਰਕਾਰ ਰਹੀ ਹੈ 6 ਮਹੀਨੇ ਮੈਂ ਥੋੜ੍ਹੇ ਜਿਹੇ ਲਫਜ਼ਾਂ 'ਚ ਮੈਂ ਸਮਰਾਈਜ਼ ਕਰਨਾ ਚਾਹੁੰਦਾ ਕਿ ਪੰਜਾਬ ਦੀ ਜਨਤਾ ਕੀ ਸੋਚਦੀ ਹੈ 6 ਮਹੀਨੇ ਦੀ ਸਰਕਾਰ ਬਾਰੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਾਰੇ ਮੈਂ ਕਹਿ ਸਕਦਾ ਕਿ ਇਹ ਸਰਕਾਰ ਫਾਲਸ ਪ੍ਰੋਮਿਸਿਸ ਫਾਲਸ ਹੋਪ ਡਿਸੀਟ ਬਲੇਟੈਂਟ ਲਾਈਜ਼ ਫਰੋਡ ਬਿਟਰੇਅਲ ਵਿਦ ਦ ਪੀਪਲ ਆਫ ਪੰਜਾਬ ਅਟਰ ਫੇਲੀਅਰ ਆਫ ਗਵਰਨਮੈਂਟ ਜੇ ਹੋਰ ਵੀ ਕੋਈ ਇਹੋ ਜਿਹਾ ਲਫਜ਼ ਵਰਡ ਤਾਂ ਤੁਸੀਂ ਉਹ ਐਡ ਕਰ ਸਕਦੇ ਹੋ ਕਿ ਇਹ ਐਂਡ ਵੀ ਹੈਵ ਪਰੂਫ ਆਫ ਦੈਟ ਦਿਸ ਇਜ਼ ਦ ਫਸਟ ਗਵਰਨਮੈਂਟ ਜਿਹਨੇ ਕੈਬਨਿਟ ਦੀ ਸੈਂਕਟੀ ਖਤਮ ਕਰ ਦਿੱਤੀ ਕੈਬਨਿਟ ਮਤਲਬ ਹੈ ਕੈਬਨਿਟ ਕੋਈ ਡਿਸੀਜਨ ਹੋ ਜਾਂਦੀ ਹੈ ਨਾ ਇਟ ਮੀਨਸ ਨੈਕਸਟ ਡੇ ਇੰਪਲੀਮੈਂਟੇਸ਼ਨ ਇੱਥੇ ਤਾਂ ਇਹਨਾਂ ਨੇ ਕੈਬਨਿਟ ਨੂੰ ਇੱਕ ਪੋਲੀਟੀਕਲ ਸਟੇਟਮੈਂਟ ਵਾਂਗੂ ਯੂਜ਼ ਕਰਨ ਲੱਗ ਗਏ ਆ ਜੋ ਕੈਬਨਿਟ ਦੇ ਫੈਸਲੇ ਹੁਣ ਕ੍ਰੈਡੀਬਿਲਟੀ ਨਹੀਂ ਰਹੀ ਕੈਬਨਿਟ ਦੇ ਫੈਸਲੇ ਕੈਬਨਿਟ ਦਾ ਫੈਸਲਾ ਮਤਲਬ ਹੋਊਗਾ ਜਾਂ ਨਹੀਂ ਹੋਊਗਾ ਨਹੀਂ ਤਾਂ ਪਹਿਲੇ ਹੁੰਦਾ ਸੀ ਕਿ ਕੈਬਨਿਟ ਦਾ ਫੈਸਲਾ ਹੋ ਗਿਆ ਮੀਨਸ ਐਵਰੀਵਨ ਨਿਊ ਡਨ ਕੈਬਨਿਟ 'ਚ ਨੇ ਇਹਨਾਂ ਨੇ ਮੈਂ ਦੇਖਿਆ ਕਈ ਫੈਸਲੇ ਜਿਵੇਂ ਲੋਨ ਵੇਵਰ ਦਾ ਸਾਰਾ ਲੋਨ ਵੇਵ ਕਰ ਦਾਂਗੇ ਦੇਰ ਇਜ਼ ਨੋ ਸਾਈਨ ਆਫ ਐਨੀਥਿੰਗ ਹਾਊ ਕੈਨ ਯੂ ਟੇਕ ਅ ਕੈਬਨਿਟ ਡਿਸੀਜਨ ਵਿਦਆਊਟ ਜਨਰੇਟਿੰਗ ਦਾ ਫੰਡਸ ਔਰ ਅਰੇਂਜਿੰਗ ਦਾ ਫੰਡਸ ਔਰ ਤੁਸੀਂ ਇਹਦਾ ਮਤਲਬ ਕੈਬਨਿਟ ਡਿਸੀਜਨ ਲੋਨ ਵੇਵਰ ਹੋ ਗਿਆ ਕੋਈ ਵੇਵਰ ਨਹੀਂ ਹੈ ਫਿਰ ਇਹਨਾਂ ਨੇ ਕੈਬਨਿਟ ਦਿੱਤਾ ਕਿ ਇੰਡਸਟਰੀ ਨੂੰ ਅੱਛਾ ਵਿਧਾਨ ਸਭਾ 'ਚ ਵੀ ਕੀਤਾ ਵਿਧਾਨ ਸਭਾ ਅਤੇ ਐਂਡ ਕੈਬਨਿਟ ਐਂਡ ਬਜਟ ਅਤੇ ਸਾਰਾ ਕੁਛ ਮੈਂ ਕਹਿੰਦਾ ਚਲੋ ਇੱਕ ਇਹਨੇ ਕਿਹਾ ਇਲੈਕਟ੍ਰੀ ਅਸੀਂ ਇੰਡਸਟਰੀ ਸਾਰਿਆਂ ਨੂੰ 5 ਰੁਪਏ ਕਰਤੀ ਕੈਬਨਿਟ ਡਿਸੀਜਨ ਇਹਦੇ 'ਚ ਕੋਈ ਕੋਈ ਪਤਾ ਨਹੀਂ ਕੋਈ ਨਹੀਂ ਹੋਈ ਫਿਰ ਇਹਨਾਂ ਨੇ ਕਿਹਾ ਕਿ ਕੈਬਨਿਟ 'ਚ ਡਿਸੀਜਨ ਦੇ ਤਾ ਕਿ ਅਸੀਂ ਸਮਾਰਟਫੋਨ ਦੇਵਾਂ ਕੈਬਨਿਟ ਡਿਸੀਜਨ ਹੋ ਗਿਆ ਸਮਾਰਟਫੋਨ ਦਾ ਐਂਡ ਦਿਸ ਨੋ ਸਮਾਰਟਫੋਨ ਕਦੋਂ ਸ਼ੁਰੂ ਹੋਣਗੇ ਕਿਵੇਂ ਹੋਣਗੇ ਕਿਵੇਂ 6 ਮਹੀਨੇ ਟਪਾਤੇ ਹਲੇ ਫਿਰ ਇਹਨਾਂ ਨੇ ਕੈਬਨਿਟ ਡਿਸੀਜਨ ਕੀਤਾ ਕਿ 100 ਕਰੋੜ ਦਾ ਸਟਾਰਟਅਪ ਫਿਰ ਇੱਕ ਜਿਹੜਾ ਅਨਇੰਪਲੋਇਮੈਂਟ ਅਲਾਉਂਸ ਜਿਹੜਾ ਇਹਨਾਂ ਨੇ ਕਿਹਾ ਕੈਬਨਿਟ ਦਾ ਅਸੀਂ ਦੇਵਾਂਗੇ ਅਨਾਊਂਸ ਕਰ ਕੈਬਨਿਟ ਡਿਸਾਈਡਡ ਟੂ ਗਿਵ ਅਨਇੰਪਲੋਇਮੈਂਟ ਅਲਾਉਂਸ ਡਿਸਾਈਡਡ ਕੈਬਨਿਟ ਡਿਸੀਜਨ ਮੀਨਸ ਡਿਸਾਈਡਡ ਕੈਬਨਿਟ ਡਿਸੀਜਨ ਇਜ਼ ਨੋਟ ਅ ਪੋਲੀਟੀਕਲ ਸਟੇਟਮੈਂਟ ਦੈਟ ਵੀ ਵਿਲ ਡੂ ਇਟ ਕੈਬਨਿਟ ਨੈਵਰ ਡਜ਼ ਵੀ ਵਿਲ ਡੂ ਇਟ ਕੈਬਨਿਟ ਇਜ਼ ਫਰੋਮ ਟੂਡੇ ਦਿਸ ਇਜ਼ ਡਨ ਦਿਸ ਲਾਅ ਇਜ਼ ਮੇਡ ਦਿਸ ਇਜ਼ ਡਿਸੀਜਨ ਟੇਕਨ ਉਹਨਾਂ ਨੇ ਕਿਹਾ ਤੁਸੀਂ ਦੇਖੋ 750 ਪੈਨਸ਼ਨ ਕੈਬਨਿਟ ਡਿਸੀਜਨ ਕੀਤਾ ਕਿ ਅਸੀਂ ਕੈਬ ਉਹਨਾਂ ਨੇ ਆਪਣੇ ਮੈਨੀਫੈਸਟੋ 'ਤੇ 2500 ਕਿਹਾ ਸੀ ਪਰ ਕੈਬਨਿਟ 'ਚ ਉਹਨਾਂ ਨੇ ਕਿਹਾ ਚਲੋ ਹੁਣ 750 ਦੇਵਾਂਗੇ 750 ਵੀ ਨਹੀਂ 500 ਹੁਣ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਦੀ ਸਰਕਾਰ ਬਣੀ ਹੈ ਅੱਜ ਤੱਕ 1 ਰੁਪਿਆ ਪੈਨਸ਼ਨ ਨਹੀਂ ਗਈ 6 ਮਹੀਨੇ ਹੋ ਗਏ ਲਾਸਟ ਪੈਨਸ਼ਨ ਗਿਵਨ ਇਜ਼ ਇਨ ਜਨਵਰੀ ਕੱਲੀ ਇੱਕ ਚੀਜ਼ ਜਿਹੜੀ ਕੈਬਨਿਟ ਦੀ ਇਹਨਾਂ ਨੇ ਪੂਰੀ ਕੀਤੀ ਹੈ ਮੈਂ ਕਹਿੰਦਾ ਸਾਰੇ ਚੀਜ਼ਾਂ 'ਚ ਕਿ ਬੇਅੰਤ ਸਿੰਘ ਦੇ ਪੋਤੇ ਨੂੰ ਨੌਕਰੀ ਦੇ ਇਹਦੇ ਬਗੈਰ ਮੈਨੂੰ ਲੱਗਦਾ ਕੋਈ ਇਹਨਾਂ ਦੀ ਕੈਬਨਿਟ ਡਿਸੀਜਨ ਨਹੀਂ ਹੈ ਜਿਹੜੀ ਇਹਨਾਂ ਨੇ ਪੂਰੀ ਕੀਤੀ ਹੈ ਸ਼ਗਨ ਤੁਸੀਂ ਦੇਖੋ 51,000 ਇਹਨਾਂ ਨੇ ਕਿਹਾ ਸੀ ਮੈਨੀਫੈਸਟੋ 15.5 ਦੇ ਰਹੇ ਸੀ ਉਹ ਵੀ ਨਹੀਂ ਦਿੱਤਾ ਨੋਟ ਅ ਸਿੰਗਲ ਪੈਨੀ ਹੈਜ਼ ਗੋਨ ਫੋਰ ਸ਼ਗਨ ਫੋਰ ਲਾਸਟ ਜਦੋਂ ਸਰਕਾਰ ਬਣੀ ਹੈ ਕੋਈ ਪੈਨਸ਼ਨ ਨਹੀਂ ਗਈ ਬਿਸਾਈਡ ਦੈਟ ਇਹਨਾਂ ਨੇ ਕੀ ਕੀਤਾ ਸਾਰੀਆਂ ਵੈਲਫੇਅਰ ਸਕੀਮਸ ਬੰਦ ਕਰਤੀਆਂ ਸਾਰੀਆਂ ਸਕੀਮਸ ਆਟਾ ਦਾਲ ਸਕੀਮ 'ਚ ਇਕੱਲਾ ਆਟਾ ਦੇ ਰਹੇ ਆ ਕਿਉਂਕਿ ਉਹ ਮੁਫਤ ਪੰਜਾਬ ਸੈਂਟਰ ਸਰਕਾਰ ਦੇ ਰਹੀ ਹੈ ਨਾ ਘਿਓ ਨਾ ਟੀ ਨਾ ਦਾਲ ਜਿਹੜਾ ਉਹਨਾਂ ਕਿਹਾ ਸੀ ਮਾਈ ਭਾਗੋ ਸਾਈਕਲ ਸਕੀਮ ਬੰਦ ਕਰਤੀ ਮੁੱਖ ਮੰਤਰੀ ਤੀਰਥ ਯਾਤਰਾ ਬੰਦ ਕਰਤੀ ਜਿਹੜਾ ਅਸੀਂ ਨੀਲਾ ਕਾਰਡ ਬਣਾਇਆ ਸੀ ਜਿਹੜਾ ਬਲੂ ਕਾਰਡ ਜਿਹੜਾ ਅਸੀਂ ਮੈਡੀਕਲ ਇੰਸ਼ੋਰੈਂਸ ਕੀਤੀ ਸੀ ਫਾਰਮਰ ਦੀ ਗਰੀਬ ਦੀ ਵਪਾਰੀ ਦੀ
ਬੰਦ ਕਰ ਦਿੱਤੀ। ਬੀ ਸੀ ਵਿੰਗ ਨੂੰ 200 ਯੂਨਿਟ ਅਸੀਂ ਫੈਸਲਾ ਕੀਤਾ ਦੇ ਰਹੇ ਸੀ, ਉਹ ਬੰਦ ਕਰ ਦਿੱਤਾ। ਗਵਰਨਮੈਂਟ ਇੰਪਲੋਈਜ਼ ਇੰਸ਼ੋਰੈਂਸ ਸਕੀਮ ਬੰਦ ਕਰ ਦਿੱਤੀ। ਐੱਸ ਸੀ ਬੀ ਸੀ ਦੀ 1 ਰੁਪਿਆ ਰਿਲੀਜ਼ ਨਹੀਂ ਕੀਤਾ, ਸਕੋਲਰਸ਼ਿਪ ਸਾਰੀ ਬੰਦ ਹੈ। ਜਿਹੜੇ ਟਿਊਬਵੈੱਲ ਕਨੈਕਸ਼ਨ ਅਸੀਂ ਦਿੱਤੇ ਸੀ, ਜਿਹੜੇ ਅਸੀਂ ਲਾ ਗਏ ਉਦੋਂ ਲੱਗ ਗਏ, ਉਹਦੇ ਬਾਅਦ ਜਿਨ੍ਹਾਂ ਨੂੰ ਨਹੀਂ ਮਟੀਰੀਅਲ ਮਿਲਿਆ ਉਹ ਬੰਦ ਕਰਤੇ, ਕੈਂਸਲ ਕਰਤੇ। ਐਂਡ ਸ਼ੂਗਰ ਕੇਨ ਜਿਹੜਾ ਬੈਲੈਂਸ ਹੈ ਦੇਣਾ, ਇਕੱਲੇ ਗੁਰਦਾਸਪੁਰ ਜ਼ਿਲ੍ਹੇ 'ਚ ਇਹਨੇ ਦਿੱਤਾ, ਕਿਉਂਕਿ ਇਲੈਕਸ਼ਨ ਕਰਕੇ ਹੋਰ ਪੰਜਾਬ 'ਚ ਦਿੱਤਾ ਹੀ ਨਹੀਂ। ਸੋ ਤੁਸੀਂ ਜਿਹੜੀ ਨਾ ਬੇਸਿਕਲੀ ਜਿਹੜਾ ਹੈ ਕੰਪਲੀਟ ਡਿਸੀਟ। ਹੁਣ ਜਿਹੜੀ ਵੱਡੀ ਗੱਲ ਹੈ, ਮੈਂ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦਾ, ਉਹਨਾਂ ਦੀ ਸਰਕਾਰ ਆਹ ਇੱਕ ਫੋਰਮ ਭਰਾਇਆ ਇਹਨਾਂ ਨੇ, ਕਰਜ਼ਾ ਕੁਰਕੀ ਖਤਮ ਜਿਹੜਾ ਕੀਤਾ ਸੀ ਫਸਲ ਦੀ ਪੂਰੀ ਪੂਰੀ ਰਕਮ, ਇਟ ਇਜ਼ ਅ ਕਮਿਟਮੈਂਟ। ਕੈਪਟਨ ਹਿਮਸੈਲਫ ਸੇਜ਼ ਕਿ ਆਏ ਦਿਸ ਇਜ਼ ਦ ਫੋਰਮ ਜਿਹੜਾ ਅਸੀਂ ਕੀਤਾ ਸੀ, ਘਰ ਘਰ ਜਿਹੜਾ ਭਰਾਇਆ ਇਹਨਾਂ ਨੇ। ਕੈਪਟਨ ਅਮਰਿੰਦਰ ਸਿੰਘ ਕਮਿਟਮੈਂਟ ਵੈਨ ਵੀ ਫਾਰਮ ਦ ਗਵਰਨਮੈਂਟ ਆਲ ਫਾਰਮ ਲੋਨਸ ਮੀਨਸ ਇੰਕਲੂਡਿੰਗ ਫਾਰਮ ਲੇਬਰ ਦੇ, ਆੜਤੀਆਂ ਦੇ, ਆਪਣੇ ਜਿਹੜਾ ਪ੍ਰਾਈਵੇਟ ਬੈਂਕ ਦੇ, ਕੋਆਪਰੇਟਿਵ ਬੈਂਕ ਦੇ, ਵਿਚ ਅਪਰੋਕਸੀਮੇਟਲੀ 90,000 ਕਰੋੜ ਵਿਲ ਬੀ ਵੇਵਡ ਆਫ। ਆਏ ਕੈਪਟਨ ਅਮਰਿੰਦਰ ਸਿੰਘ ਕਮਿਟ ਟੂ ਦ ਪੀਪਲ, ਫਾਰਮ ਭਰਾ ਕੇ ਇਹਨਾਂ ਕੀਤਾ। ਅਗਲੇ ਦਾ ਨਾਂ, ਨੰਬਰ, ਨਾਂ, ਨੇਮ, ਐਡਰੈਸ, ਸਾਰਾ ਫਾਰਮ ਉਹਨੇ, ਸਾਰਾ ਫਾਰਮ ਸਾਡੇ ਕੋਲ ਹੈ ਜਿਹੜਾ ਇਹਨਾਂ ਨੇ ਕੀਤਾ ਸੀ। ਅਤੇ ਕਰਨਾ ਕੀ ਸੀ, ਇੱਕ ਹੋਰ ਗੱਲ ਕੀ ਹੋਈ, ਪਹਿਲੀ ਗੱਲ 90,000 ਦੀ ਤਾਂ ਗੱਲ ਹੀ ਛੱਡਤੀ ਉਹਨਾਂ ਨੇ। ਹੁਣ ਕਹਿ ਰਹੇ ਹੈ ਕਿ ਜੀ ਇਹ ਸੈਂਟਰ ਮਗਰ ਹੈ, ਯੂਪੀ ਨੇ ਸੈਂਟਰ ਸਰਕਾਰ ਤੋਂ ਲਿੱਤੇ ਹੈ, ਮਦਦ ਮਹਾਰਾਸ਼ਟਰ ਨੇ ਸੈਂਟਰ ਸਰਕਾਰ ਤੋਂ ਮਦਦ ਲਿੱਤੀ ਹੈ। ਜੇ ਤੁਸੀਂ ਨਹੀਂ ਕਰਦੇ ਸੀ ਰਿਫਰੋ ਕਮਿਟ ਕਿਉਂ ਕੀਤਾ, ਝੂਠ ਕਿਉਂ ਬੋਲਿਆ? ਇਕੱਲੇ ਆ ਨਹੀਂ, ਇਹਨਾਂ ਨੇ ਜਿਹੜੇ ਕੁਰਕੀ ਦਾ ਕਾਗਜ਼ ਹੈ, ਹੁਣ ਜਿਹੜੀ ਇਹਨਾਂ ਨੇ ਕੁਰਕੀ ਕਿਹਾ ਕਿ ਅਸੀਂ ਕੁਰਕੀ ਜ਼ਮੀਨ ਦੀ ਨਹੀਂ ਹੋਣ ਦੇਵਾਂਗੇ, ਅੱਜ ਤੱਕ ਕੁਰਕੀ ਚੱਲ ਰਹੀ ਹੈ, ਕਿਉਂਕਿ ਜਿਹੜਾ ਕਲੋਜ਼ ਰੈਵਨਿਊ ਡਿਪਾਰਟਮੈਂਟ ਦਾ ਸੀ ਜਿਹਦੇ ਕਰਕੇ ਕੁਰਕੀ ਬੰਦ ਹੋ ਸਕਦੀ ਸੀ, ਉਹ ਇਹਨਾਂ ਨੇ ਅਬੋਲਿਸ਼ ਹੀ ਨਹੀਂ ਕੀਤਾ। ਆ ਇੱਕ ਫਰੋਡ ਦਾ ਪੁਰਾਣਾ ਆਪਣਾ ਆਪਣਾ ਜਿਹੜਾ ਐਕਟ ਦਾ ਇੱਕ ਕਲੋਜ਼ ਕੀਤਾ, ਜਿਹੜਾ ਅੱਜ ਤੱਕ ਕਿਸੇ ਕੁਰਕੀ ਦੇ ਬੈਂਕ ਨੇ ਯੂਜ਼ ਨਹੀਂ ਕੀਤਾ, ਜਾਂ ਉਹਦੀ ਕੋਈ ਵੈਲਿਊ ਨਹੀਂ ਹੈ, ਉਹਨੂੰ ਕੈਂਸਲ ਕੀਤਾ, ਜਾਂ ਐਕਚੁਅਲ ਕਲੋਜ਼ ਨੂੰ ਕੀਤਾ ਨਹੀਂ। ਦੈਟਸ ਅਗੇਨ ਅ ਫਰੋਡ, ਜਿਹੜਾ ਲੋਕਾਂ ਦੇ ਬਹੁਤ ਵੱਡਾ ਫਰੋਡ ਕੀਤਾ ਇਹਨਾਂ ਨੇ। ਫਿਰ ਇਹਨਾਂ ਨੇ ਕਿਹਾ ਜਿਹੜੇ ਕਿਸਾਨ ਵਿਚਾਰੇ ਖੁਦਕੁਸ਼ੀ ਕਰਨਗੇ, ਕੈਪਟਨ ਅਮਰਿੰਦਰ ਕਿਹਾ ਕਿ ਮੈਂ ਉਸ ਉਹਨਾਂ ਦੇ ਬੱਚਿਆਂ ਨੂੰ ਇੱਕ ਨੌਕਰੀ ਅਤੇ 10 ਲੱਖ ਰੁਪਇਆ, 10 ਲੱਖ ਕੀ ਦੇਣਾ ਸੀ, 1 ਲੱਖ ਵੀ ਨਹੀਂ ਗਿਆ ਉਹਨਾਂ ਕੋਲ, ਨੌਕਰੀ ਕਿਸੇ ਨੂੰ ਮਿਲੀ, ਅਤੇ ਅੱਛੇ ਮਤਲਬ ਦਾ ਘੱਟ ਤੋਂ ਘੱਟ 200-300 ਨੌਜਵਾਨ ਆਪਣੇ ਜਿਹੜੇ ਫਾਰਮਰ ਹੈ ਉਹਨਾਂ ਨੇ 200 ਦੇ 6 ਮਹੀਨਿਆਂ ਦੇ ਅੰਦਰ 200 ਦੇ ਨੇੜੇ ਹੈ ਜਿਨ੍ਹਾਂ ਨੇ ਆਪਣੀ ਸੁਸਾਈਡ ਕਰ ਦਿੱਤਾ। ਐਂਡ ਗਵਰਨਮੈਂਟ ਇਜ਼ ਨੋਟ ਇਨ ਬੋਦਰਡ, ਮਤਲਬ ਇੱਕ ਮਿਨਿਸਟਰ ਇਹਨਾਂ ਦੇ MLA ਵੀ ਨਹੀਂ ਗਿਆ ਉਹਨਾਂ ਦੇ ਘਰ ਪੁੱਛਣ ਵਾਸਤੇ। ਹੁਣ ਜਿਹੜੀ ਦੂਜੀ ਵੱਡੀ ਫਰੋਡ ਜਿਹੜਾ ਕੀਤਾ ਘਰ ਘਰ ਨੌਕਰੀ ਦਾ, ਤੁਸੀਂ ਮੈਂ ਆਹ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ, ਹਰ ਘਰ ਕੈਪਟਨ, ਇਹ ਤਾਂ ਵਾਈਸ ਕੈਪਟਨ ਵੀ ਨਹੀਂ ਹੈ, ਪਲੇਅਰ ਵੀ ਨਹੀਂ ਪਾਇਆ। ਆ ਲਿਖਿਆ ਕੀ ਹੈ ਇਹਨਾਂ ਨੇ, ਲੁੱਕ ਐਟ ਦਾ ਵਰਡਿੰਗ, ਤੁਸੀਂ ਵਰਡਿੰਗ ਕੀ ਹੈ, ਆਏ ਕੈਪਟਨ ਅਮਰਿੰਦਰ ਸਿੰਘ, ਆ ਵਰਡਿੰਗ ਹੈ ਫਾਰਮ ਦੇ, ਪ੍ਰੋਮਿਸ ਯੂ ਦੈਟ ਅਪੋਨ ਫਾਰਮਿੰਗ ਦਾ ਗਵਰਨਮੈਂਟ ਇਨ ਪੰਜਾਬ, 1 ਜੋਬ ਪਰ ਫੈਮਿਲੀ ਵਿਲ ਬੀ ਪ੍ਰੋਵਾਈਡਡ ਟੂ ਅਨਇੰਪਲੋਇਡ ਯੂਥ, 1 ਜੋਬ ਪਰ ਫੈਮਿਲੀ ਟੂ ਬੀ ਇੰਪਲੋਇਡ। ਕਿ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਮੈਂ ਵਾਅਦਾ ਕਰਦਾ, ਮੈਂ ਪ੍ਰੋਮਿਸ ਕਰਦਾ ਕਿ ਮੈਂ ਹਰ ਘਰ ਦੇ ਨੌਜਵਾਨ ਨੂੰ 1 ਨੌਕਰੀ ਦਊਂਗਾ। ਨੌਕਰੀ ਕੀ ਦੇਣੀ ਸੀ, ਜਿਹੜਾ ਯੂਨੀਵਰਸਿਟੀ ਕੈਂਪਸ ਰਿਕਰੂਟਮੈਂਟ ਹਰ ਸਾਲ ਪਿਛਲੇ 10 ਸਾਲਾਂ ਤੋਂ ਹੋ ਰਹੀ ਹੈ, ਉਹਨੂੰ ਅਡੋਪਟ ਕਰਨ ਦੀ ਕੋਸ਼ਿਸ਼ ਕੀਤੀ। ਲੋਕੀ ਤੁਸੀਂ ਸੋਚਦੇ ਕਿ ਲੋਕਾਂ ਨੂੰ ਸਮਝ ਨਹੀਂ, ਤੁਸੀਂ ਦੇਖੋ ਤਨਖਾਹ ਹਾਲੇ ਤੱਕ ਦਿੱਤੀ ਨਹੀਂ ਗਈ, 1 ਰੁਪਿਆ ਤਨਖਾਹ ਪਹਿਲੀ ਵਾਰ ਹੋਇਆ ਪੰਜਾਬ ਦੇ ਹਿਸਟਰੀ ਵਿੱਚ ਸਿੰਸ ਇੰਡੀਪੈਂਡੈਂਸ,
ਮਤਲਬ ਪਹਿਲੀ ਵਾਰ ਹੋਣਾ ਕਿਸੇ ਕੰਟਰੀ ਦੇ ਕਿਸੇ ਸਟੇਟ ਦੇ ਵਿੱਚ ਕਿਤੇ ਇੰਪਲੋਈਜ਼ ਦੀ ਤਨਖਾਹ ਡਿਫਾਲਟ ਹੋਈ ਹੋਏ ਸਾਢੇ 10 ਸਾਲ 'ਚ ਭਾਵੇਂ ਮੀਡੀਆ ਰਾਹੀਂ ਪ੍ਰਚਾਰ ਕੀਤਾ ਜਾਂਦਾ ਜੀ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਇੱਕ ਦਿਨ ਸੈਲਰੀ ਡਿਫਾਲਟ ਨਹੀਂ ਹੋਈ ਇੱਕ ਦਿਨ ਲੋਨ ਦਾ ਕੋਈ ਪੇਮੈਂਟ ਡਿਫਾਲਟ ਨਹੀਂ ਹੋਇਆ ਪਲੱਸ ਕਰੋੜਾਂ ਅਰਬਾਂ ਰੁਪਈਏ ਡਿਵੈਲਪਮੈਂਟ ਫੰਡ ਅਸੀਂ ਦਿੱਤਾ ਹੈ ਇਹਨਾਂ ਨੇ ਤਾਂ ਸਾਰੇ ਡਿਵੈਲਪਮੈਂਟ ਫੰਡ ਵੀ ਰੋਕ ਦਿੱਤੇ ਹੈ ਜਿਹੜੇ ਪਿੰਡ ਵਿੱਚ ਜੋ ਪੈਸਾ ਗਿਆ ਸੀ ਜਿਹੜੇ ਸ਼ਹਿਰ ਵਿੱਚ ਮੈਂ ਤੁਹਾਨੂੰ ਹੈਰਾਨ ਹੈ L&T ਵਰਗੀਆਂ ਕੰਪਨੀਆਂ L&T ਸ਼ਾਹਪੁਰ ਜੀ ਪੋਲਨ ਜੀ ਵਰਗੀਆਂ ਕੰਪਨੀਆਂ ਅਸੀਂ ਮਸਾਂ ਪੰਜਾਬ 'ਚ ਲੈ ਕੇ ਆਏ ਸੀ ਜਿਵੇਂ ਸ਼ਾਹਪੁਰ ਜੀ ਪੋਲਨ ਜੀ ਨੂੰ ਫਰੀਦਕੋਟ ਕੋਟਪੁਰਾ ਜੈਤੋ ਦਾ ਕੰਪਲੀਟ ਸੀਵਰੇਜ ਵਾਟਰ ਸਪਲਾਈ ਰੋਡ ਨੈਟਵਰਕ ਲਾਈਟਿੰਗ ਐਂਡ ਮੇਨਟੇਨੈਂਸ ਫੋਰ 10 ਈਅਰਸ ਕੰਟਰੈਕਟ ਦਿੱਤਾ ਸੀ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਨੇ ਸਰਕਾਰ ਚੇਂਜ ਹੋਈ ਸਰ ਉਹਨੇ ਕੰਮ ਹੀ ਬੰਦ ਕਰਾ ਦੇ ਤੁਸੀਂ ਦੇਖੋ ਜਿੱਥੇ ਟੋਆ ਪੱਟਿਆ ਸੀ ਉੱਥੇ ਹੀ ਰਹਿ ਗਿਆ ਜਿਹੜੀ ਗਲੀ ਪੱਟੀ ਸੀ ਉੱਥੇ ਰਹਿ ਗਈ ਐਂਡ ਕੰਪਲੀਟ ਮਨੀ ਇਜ਼ ਵਿਡਰੋਨ ਐਂਡ ਫਰੋਡ ਕੀ ਹੈ ਹੁਣ ਨੌਕਰੀ ਦਾ ਕੀ ਕਰਦੇ ਆ ਤੁਸੀਂ ਦੇਖੋ ਸਹੀ ਜਿਹੜੇ ਨੌਕਰੀ ਹੈ ਹੁਣ ਕਹਿੰਦੇ ਆ ਮੇਲਾ ਕਰਕੇ ਇਹਨਾਂ ਨੇ ਮੇਲੇ 'ਚ ਕਹਿੰਦੇ 4 ਲੱਖ ਬੰਦਿਆਂ ਨੇ ਅਪਲਾਈ ਕੀਤਾ 4 ਲੱਖ ਕਹਿੰਦੇ ਅਤੇ ਕਹਿੰਦੇ ਅਸੀਂ ਦਿੱਤਾ 27,000 ਜਾਂ 30,000 ਉਹ ਕਲੇਮ ਕਰਦੇ ਮੈਨੂੰ ਲੱਗਦਾ ਆਹ ਵੀ ਫੈਕਟ ਨਹੀਂ ਹੈ ਕਿਉਂਕਿ ਇੰਨੀ ਰਿਕਰੂਟਮੈਂਟ ਮੈਂ ਤਾਂ ਆ ਕੈਂਪਸ ਰਿਕਰੂਟਮੈਂਟ ਵਾਲੇ ਕੰਪਨੀਆਂ ਨਾਲ ਮੈਂ ਗੱਲ ਕਰ ਰਿਹਾ ਸੀ ਕਿਉਂਕਿ ਆਹ ਸਾਰੇ ਕਾਲਜ ਜਿੰਨੇ ਕੈਂਪਸ ਬਣੇ ਹੈ ਆਹ 10.5 ਸਾਲ 'ਚ ਬਣੇ ਹੈ ਜਿੰਨੀਆਂ ਯੂਨੀਵਰਸਿਟੀਆਂ ਬਣੀਆਂ ਪਿਛਲੇ 10 ਸਾਲ 'ਚ ਬਣੀਆਂ 12-13 ਸਾਲ ਪਹਿਲੇ 10-12 ਸਾਲ ਪਹਿਲੇ ਪੰਜਾਬ ਦੇ ਨੌਜਵਾਨ ਸਾਊਥ ਇੰਡੀਆ ਜਾਂਦੇ ਸੀ ਪੜ੍ਹਨ ਅਸੀਂ 10 ਸਾਲਾਂ 'ਚ ਸਾਰੀ ਯੂਨੀਵਰਸਿਟੀਆਂ ਇੱਥੇ ਬਣਾਈਆਂ ਅਤੇ ਤੁਸੀਂ ਹੈਰਾਨ ਰਹਿ ਜਾਓਗੇ ਹੁਣ 50-60,000 ਬਾਹਰ ਦੇ ਜਿਹੜੇ ਨੌਜਵਾਨ ਆ ਬਾਹਰਲੀ ਸਟੇਟਾਂ ਦੇ ਹੁਣ ਪੰਜਾਬ 'ਚ ਪੜ੍ਹਨ ਆਉਣ ਲੱਗ ਗਏ ਬਿਸਾਈਡ ਦੈਟ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਰਿਕਰੂਟਮੈਂਟ ਜਿਹੜੀ ਕਰ ਰਹੀ ਹੈ ਕਹਿੰਦਾ ਉਹਨਾਂ 'ਚੋਂ ਕਈ ਬੱਚੇ ਦਾ ਕੋਈ ਯੂਪੀ ਦਾ ਕੋਈ ਬਿਹਾਰ ਦਾ ਕਿਉਂਕਿ ਪਲੇਸਮੈਂਟ ਸਾਡੇ ਕਾਲਜ 'ਚ ਪੜ੍ਹ ਰਹੇ ਹੈ ਉਹਨਾਂ ਕੰਪਨੀ ਆਏ ਉਹਨਾਂ ਨੇ ਵੀ ਅਪਲਾਈ ਕੀਤਾ ਸੀ ਉਹਨਾਂ ਨੂੰ ਵੀ ਮਿਲ ਗਿਆ ਜਿਹੜਾ ਉਹ ਤਾਂ ਹਰ ਸਾਲ ਪਿਛਲੇ 10 ਸਾਲ ਯੂਪੀ ਦੇ ਬਿਹਾਰ ਦੇ ਫਿਰ ਮੈਨੂੰ ਲੱਗਦਾ ਕੈਪਟਨ ਸਾਹਿਬ ਨੇ ਆਪਣਾ ਇੱਕ ਘਰ ਘਰ ਨੌਕਰੀ ਦੂਜੀ ਸਟੇਟਾਂ 'ਚ ਵੀ ਐਕਸਟੈਂਡ ਕਰ ਦਿੱਤੀ ਹੈ ਅਤੇ ਜਿਹੜਾ ਮੈਂ ਇੱਕ ਇਹਨਾਂ ਨੇ ਕਿਹਾ ਸੀ ਕੈਬਨਿਟ ਡਿਸੀਜਨ ਸੀ 2500 ਅਨਇੰਪਲੋਇਮੈਂਟ ਅਨਾਊਂਸ ਦੇ ਬੈਕ ਟਰੈਕ ਫਰੋਮ ਇਟ ਹੁਣ ਕਹਿੰਦੇ ਆ ਕਿ ਅਸੀਂ 5,000 ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਵਾਸਤੇ ਦੇਵਾਂਗੇ ਉਹ ਸਕਿੱਲ ਡਿਵੈਲਪਮੈਂਟ 5,000 ਗਵਰਨਮੈਂਟ ਆਫ ਇੰਡੀਆ ਦਾ ਪ੍ਰੋਗਰਾਮ ਸਕਿੱਲ ਡਿਵੈਲਪਮੈਂਟ ਅਸੀਂ ਮੈਂ 200 ਸਕਿੱਲ ਡਿਵੈਲਪਮੈਂਟ ਸੈਂਟਰ ਬਣਾਉਣੇ ਸ਼ੁਰੂ ਕੀਤੇ ਸੀ ਉਹ ਜਿੰਨੇ ਬਣਾਉਣੇ ਸ਼ੁਰੂ ਕੀਤੇ ਉੱਥੇ ਹੀ ਰੋਕਤੇ ਉਹਨਾਂ ਨੇ ਮੈਂ ਚੰਨੀ ਸਾਹਿਬ ਪੁੱਛੂੰਗਾ ਜਿਹੜੇ ਸਕਿੱਲ ਡਿਵੈਲਪਮੈਂਟ ਸੈਂਟਰ ਅਸੀਂ 200 ਦਾ ਫੰਡ 300 ਕਰੋੜ ਰੁਪਇਆ ਮੈਂ ਲਾਇਆ ਸੀ ਉੱਥੇ ਹੀ ਰੁਕ ਗਿਆ ਅਤੇ ਫਿਰ ਟ੍ਰੇਨਿੰਗ ਕਿੱਥੇ ਕਰਨਗੇ ਸਕਿੱਲ ਡਿਵੈਲਪਮੈਂਟ ਦਾ ਅਸੀਂ ਮੈਂ ਸੈਂਟਰ ਬਣਾਏ ਸੀ ਉਹਨਾਂ ਦੇ ਕਈ ਚਾਲੂ ਕੀਤੇ ਸੀ ਜਿੱਥੇ ਚਾਲੂ ਕੀਤੇ ਸੀ ਉੱਥੇ ਹੀ ਬੰਦ ਹੋ ਗਏ ਜਿਹੜਾ ਸੇਵਾ ਕੇਂਦਰ ਮੈਂ ਬਣਾਏ ਸੀ ਉਹ ਉਹਨੇ ਬੰਦ ਕਰ ਦਿੱਤੇ ਹੈ ਅਤੇ ਤੁਸੀਂ ਜੋਬ ਕ੍ਰੀਏਸ਼ਨ ਦੀ ਗੱਲ ਕਰ ਰਹੇ ਹੋ ਕਿ ਜੋਬ ਡਿਪਲੀਸ਼ਨ ਦੀ ਗੱਲ ਕਰ ਰਹੇ ਹੋ ਹੁਣ ਤਾਂ ਇਹਨਾਂ ਨੇ ਐਂ ਸੋਚ ਲਿਆ ਜੇ ਟ੍ਰਿਬਿਊਨ ਨੇ ਵੀ ਕੋਈ ਡਰਾਈਵਰ ਰੱਖਣਾ ਮਤਲਬ ਕੈਪਟਨ ਸਾਹਿਬ ਆ ਕੇ ਉਹ ਦਿਆ ਕਰਨਗੇ ਕਿ ਘਰ ਘਰ ਨੌਕਰੀ ਮੈਂ ਦੇ ਦਿੱਤੀ ਹੈ ਜੇ ਇੰਡੀਅਨ ਐਕਸਪ੍ਰੈਸ ਨੇ ਵੀ ਦੇਣਾ ਕੈਪਟਨ ਸਾਹਿਬ ਚੰਨੀ ਸਾਹਿਬ ਬੁਲਾ ਲਿਆ ਕਰੋ ਕਿਉਂਕਿ ਉਹਨਾਂ ਦੀ ਸਕੀਮ ਦੇ ਰਹੇ ਜਿਹਦੇ ਘਰ ਨੌਕਰੀ ਮੈਂ ਤਾਂ ਆਪਣੇ ਡਰਾਈਵਰ ਪੁੱਛ ਰਿਹਾ ਸੀ ਯਾਰ ਡਰਾਈਵਰ ਰੱਖਣਾ ਮੈਂ ਕਿਹਾ ਚੰਨੀ ਜੀ ਨੂੰ ਕਹਿੰਦੇ ਮੈਂ ਰੱਖ ਰਿਹਾ ਜੇ ਚਿੱਠੀ ਉਹਨਾਂ ਤੋਂ ਦਵਾ ਦਈਏ ਕਿਉਂਕਿ ਫਿਰ ਉਹਨਾਂ ਦੀ ਪ੍ਰੋਮਿਸ ਸ਼ੁਰੂ ਜਿਹਦੇ ਘਰ ਕੋਈ ਵੀ ਹੁੰਦਾ ਮੇਡ ਰੱਖਣੀ ਹੈ ਉਹ ਵੀ ਕਹਿਣਗੇ ਜੀ ਅਸੀਂ ਦਵਾਈ ਹੈ ਅਸੀਂ ਦਵਾਈ ਹੈ ਆਹ ਹਾਲਾਤ ਜਦ ਵੱਡਾ ਫਰੋਡ ਤੁਸੀਂ ਦੱਸਾਂ ਸਭ ਤੋਂ ਵੱਡਾ ਫਰੋਡ ਕੀ ਹੈ ਸਭ ਤੋਂ ਵੱਡਾ ਫਰੋਡ ਹੈ ਜਿਹੜਾ ਇਹਨਾਂ ਨੇ 2.5 ਲੱਖ ਨੌਕਰੀ ਦਾ ਕੀਤਾ ਹੈ ਮੈਮੋਰੈਂਡਮ ਤੁਸੀਂ ਆਹ ਹੈਗਾ ਮੇਰੇ ਕੋਲ ਇਹਨਾਂ ਨੇ ਕੀਤਾ 2.5 ਲੱਖ ਨੌਕਰੀ ਦਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕਿ ਜੀ ਅਸੀਂ 2.5 ਲੱਖ ਨੌਕਰੀ ਦੇਵਾਂਗੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਨੇ ਸਾਈਨ ਕੀਤਾ 30,000 ਉਹਨਾਂ ਕੋਲ ਆਪ ਹੀ 25 ਬੰਦੇ ਕੰਮ ਕਰਦੇ ਆ 25 ਬੰਦੇ ਦਫ਼ਤਰ ਚਲੇ ਜਾਓ 25 ਤੋਂ ਵੱਧ ਬੰਦੇ ਨਹੀਂ ਹੈ 25 ਵੀ ਨਹੀਂ ਹੈ 30,000 ਨੌਕਰੀ ਕਨਫੈਡਰੇਸ਼ਨ ਇਹਨਾਂ ਨੇ ਸਾਈਨ ਕੀਤੇ ਹੈ ਅੱਛਾ ਫਿਰ ਗੁਰਮੀਤ ਕਲਾਰ ਸਾਡੇ ਜਿਹੜੇ ਕੈਂਡੀਡੇਟ ਹੈ ਉਹ ਮੈਨੂੰ ਕਹਿੰਦੇ ਯਾਰ ਸਾਨੂੰ ਬੁਲਾ ਕੇ ਉਹਨਾਂ ਦੇ ਫੈਡਰੇਸ਼ਨ ਆਫ ਇੰਡਸਟਰੀਅਲ ਕਮਰਸ਼ੀਅਲ ਆਰਗਨਾਈਜੇਸ਼ਨ ਫੀਕੋ ਲੁਧਿਆਣੇ ਦੀ ਉਹਨੂੰ ਬੁਲਾਇਆ ਉਹ ਸਾਡਾ ਕੈਂਡੀਡੇਟ ਹੂ ਇਜ਼ ਪ੍ਰੈਜੀਡੈਂਟ ਉਹ ਕਹਿੰਦਾ ਸਾਈਨ ਕਰਾਂ MOU ਕਹਿੰਦਾ ਕਿੰਨੇ ਦਾ ਕਰਨਾ ਕਹਿੰਦਾ ਇੰਨਾ ਲਿਖੋ 20,000 ਕਹਿੰਦਾ ਸਾਡੇ ਤਾਂ ਮੇਰੇ ਕੋਲ ਸਾਡੇ ਤਾਂ ਆਪਣੇ ਬੰਦੇ ਹੈ ਨਹੀਂ ਕੋਈ ਰੱਖਦੇ ਨਹੀਂ ਅਸੀਂ ਤਾਂ ਆਪ ਇੰਡਸਟਰੀ ਤੋਂ ਬੋਰ ਬੋਰੂ ਕਰਕੇ ਕੰਮ ਚਲਾਉਣੇ ਹਾਂ 20,000 ਫੀਕੋ ਨੇ ਕੀਤਾ ਹੈ ਚੇਂਬਰ ਆਫ ਇੰਡੀਅਨ ਕਮਰਸ਼ੀਅਲ ਅੰਡਰਟੇਕਿੰਗ 14,000 ਉਹ ਦਊਗੀ ਐਸੋਸੀਏਟਡ ਚੇਂਬਰ ਆਫ ਕਮਰਸ ਇੰਡਸਟਰੀ ਐਸੋਚੈਮ 12,000 ਨੌਕਰੀ ਦਊਗੀ PhD ਚੇਂਬਰ ਆਫ ਕਮਰਸ ਸਚਦੇਵਾ ਸਾਹਿਬ ਕਹਿੰਦੇ 10,000 ਨੌਕਰੀ ਉਹਨਾਂ ਤੋਂ ਸਾਈਨ ਕਰਾ ਲਏ ਨੈਟਵਰਕ ਕਲੱਬ ਸਤਲੁਜ ਟਾਵਰ 10,000
ਤੁਸੀਂ ਅੱਛਾ ਨਹੀਂ ਇੱਕ ਮਿੰਟ ਕੋਲ ਹੁਣ ਫਰਾਡ ਦੀ ਹੁਣ ਬਿਗੇਸਟ ਫਰਾਡ ਸਰ ਲੁਧਿਆਣੇ ਕੱਲੇ ਚ 99000 ਹੈ 99000 ਨੌਕਰੀਆਂ ਨਾ ਦਾ ਬਿਗੇਸਟ ਫਰਾਡ ਦਿਸ ਇਜ਼ ਦ ਮੈਮੋਰੈਂਡਮ ਓਰੀਜਨਲ ਕਾਪੀ ਆਈ ਵਾਂਟ ਯੂ ਟੂ ਰੀਡ ਦਿਸ ਐਂਡ ਪ੍ਰਿੰਟ ਇਟ ਯੂ ਨੋ ਵਟ ਇੱਕ ਪੇਜ ਦਾ ਮੈਮੋਰੈਂਡਮ ਸਾਈਨ ਕਰਾਇਆ ਇਹਨਾਂ ਤੋਂ ਇੱਕ ਪੇਜ ਦਾ ਕੀ ਹੈ ਮੈਮੋਰੈਂਡਮ ਅੰਡਰਸਟੈਂਡਿੰਗ ਦਿਸ ਇਜ਼ ਦ ਮੈਮੋਰੈਂਡਮ ਅੰਡਰਸਟੈਂਡਿੰਗ ਇੰਨਾ ਇੰਨੇ ਕਾਲੀ ਸੀ ਤਾਂ ਡੇਟ ਵੀ ਨਹੀਂ ਲਿਖੀ ਸੀ ਇਸ ਵਿਦਆਊਟ ਅ ਡੇਟ ਦਿਸ ਇਜ਼ ਬਾਏ ਡੀ ਐਸ ਖਰਬੰਦਾ ਡਾਇਰੈਕਟਰ ਇੰਡਸਟਰੀ ਦਾ ਕਮਰਸ ਐਸੋਚੈਮ ਦਾ ਜਿਹੜਾ ਮੈਮੋਰੈਂਡਮ ਸਾਈਨ ਹੋਇਆ ਦਿਸ ਇਜ਼ ਅ ਕਾਪੀ ਆਫ ਇਟ ਵਿਦ ਨੋ ਡੇਟ ਡੇਟ ਕਰਨਾ ਭੁੱਲ ਗਿਆ ਸਾਈਨ ਹੀ ਕੀਤਾ 12000 ਐਸੋਚੈਮ ਲਿਖਿਆ ਕੀ ਹੈ ਐਮ ਓ ਯੂ ਐਕਸ ਇਜ਼ ਐਕਸੀਕਿਊਟਿਡ ਔਨ ਨੋ ਡੇਟ ਨੋ ਡੇਟ 2007 ਬਿਟਵੀਨ ਐਸੋ ਚੈਂਬਰ ਆਫ ਕਮਰਸ ਐਸੋਚੈਮ ਐਂਡ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਇੰਡਸਟਰੀਜ਼ ਦ ਐਸੋਸੀਏਸ਼ਨ ਵਿਸ਼ਿਸ਼ ਟੂ ਫੈਸਿਲਿਟ ਇੰਪਲੋਇਮੈਂਟ ਪੋਟੈਂਸ਼ੀਅਲ 12000 ਉਹ ਦੇਣਗੇ ਇਸ ਦਿਸ ਮੈਮੋਰੈਂਡਮ ਅੰਡਰਸਟੈਂਡਿੰਗ ਯਾਰ ਐਡਾ ਵੱਡਾ ਫਰੋਡ ਆਹ ਤਾਂ ਐਕਚੁਅਲੀ ਮਜ਼ਾਕ ਹੈ ਕਿ ਤੁਸੀਂ ਜਿਹੜੇ ਤਰੀਕ ਹੀ ਨਾ ਲਿਖੋ ਆਈ ਥਿੰਕ ਦਿਸ ਇਜ਼ ਸਮਥਿੰਗ ਆਈ ਥਿੰਕ ਦੇ ਸ਼ੁੱਡ ਬੀ ਕੇਸ ਸ਼ੁੱਡ ਬੀ ਰਜਿਸਟਰਡ ਆਫ ਫਰੋਡ ਕਿ ਤੁਸੀਂ ਐਸੋਸੀਏਸ਼ਨ ਐਗਰੀਮੈਂਟ ਕਰਦੇ ਘੱਟ ਤੋਂ ਘੱਟ ਜਿਹੜੇ ਡਿਪਾਰਟਮੈਂਟ ਵਾਲੇ ਆ ਸੈਕਟਰੀ ਨੂੰ ਪੁੱਛਣਾ ਚਾਹੀਦਾ ਹੈ ਘੱਟ ਤੋਂ ਘੱਟ ਉਹ ਤਰੀਕ ਤਾਂ ਲਿਖਦੇ ਆ ਕਰੋ ਕਿਹੜੀ ਤਰੀਕ ਨੂੰ ਮੈਮੋਰੈਂਡਮ ਸਾਈਨ ਹੋਇਆ ਬਚਾਉਣ ਲਈ ਇੰਨੀ ਕਾਲੀ ਹੁਣ ਜਿਹੜਾ ਇੱਕ ਹੋਰ ਵੱਡੀ ਗੱਲ ਇਹਨਾਂ ਨੇ ਕੀਤੀ ਹੈ ਜਿਹੜਾ ਬਹੁਤ ਵੱਡਾ ਜਿਹੜਾ ਇਹਨਾਂ ਨੇ ਆਰ ਡੀ ਐਫ ਅਤੇ ਆ ਜਿਹੜਾ ਮਾਰਕੀਟ ਫੀ ਇਹਨਾਂ ਨੇ 2% ਇਨਕਰੀਜ਼ ਕੀਤੀ ਹੈ ਇਟ ਇਜ਼ ਐਂਟੀ ਫਾਰਮਰਸ ਕਿਉਂਕਿ ਜਿਹੜੀਆਂ ਜਿਹੜਾ ਹੈਗਾ ਆਪਣੇ ਜਿਹਨਾਂ ਦੀ ਐਮ ਐਸ ਪੀ ਹੈ ਦੈਟ ਇਜ਼ ਫਾਈਨ ਉਹ ਤਾਂ ਨੋਨ ਐਮ ਐਸ ਸੀ ਕਰੋਪਸ ਫਰੋਮ ਮੱਕੀ ਜਵਾਰ ਸਰੋਂ ਪਲਸ ਹਾਰਟੀਕਲਚਰ ਸੂਰਜਮੁਖੀ ਬਾਸਮਤੀ ਸਾਰੇ ਨੇਬਰਿੰਗ ਸਟੇਟ 4% ਹੈ ਆਪਣੇ 6% ਹੈ ਮੈਨੂੰ ਸਾਰੇ ਇੰਡਸਟਰੀਅਲਿਸਟ ਮਿਲੇ ਸੀ ਸਾਰੇ ਕਹਿੰਦੇ ਅਸੀਂ ਤਾਂ ਓਨਾ ਹੀ 2% ਘੱਟ ਰੇਟ ਪੰਜਾਬ ਦੇ ਫਾਰਮਾਂ ਨੂੰ ਦੇਵਾਂਗੇ ਕਿਉਂਕਿ ਅਸੀਂ ਫਿਰ ਜੇ ਇੱਥੋਂ ਲੈਣਾ ਤਾਂ 2% ਅਸੀਂ ਐਡਜਸਟ ਕਰਾਂਗੇ ਫਾਇਦਾ ਹੋਣਾ ਹਰਿਆਣੇ ਨੂੰ ਇਹਦੇ ਕਰਕੇ ਜਦੋਂ ਮੋਰ ਪੀਪਲ ਕਿਸਾਨ ਪੰਜਾਬ ਦਾ ਮਾਰਿਆ ਜਾਣਾ ਕਿਉਂਕਿ ਪ੍ਰੋਬਲਮ ਕੀ ਹੈ ਨਾ ਜਿਹੜਾ ਮੇਰਾ ਛੋਟਾ ਵੀਰ ਹੈ ਉਹਨੂੰ ਫਰੈਂਸ ਦੀ ਕੋਈ ਸਮਝ ਨਹੀਂ ਸਰ ਮਨਪ੍ਰੀਤ ਸਿੰਘ ਬਾਦਲ ਨੂੰ ਉਹਨੂੰ ਕੋਈ ਸਮਝ ਹੀ ਨਹੀਂ ਹੈ ਤੁਸੀਂ ਦੇਖੋ ਜਿਹੜੀ ਕਮਿਟਮੈਂਟ ਸਾਰੀਆਂ ਉਹਨੇ ਕੀਤੀਆਂ ਕੈਪਟਨ ਸਾਹਿਬ ਨੂੰ ਮਰਵਾਊਗਾ ਇੱਕ ਇਕੱਲਾ ਮੈਂ ਤੈਨੂੰ ਇਕੱਲਾ ਹੀ ਨਹੀਂ ਕਿਉਂਕਿ ਕਮਿਟਮੈਂਟ ਕਮਿਟਮੈਂਟ ਇਹਦੀ ਰਿਸਪੋਂਸੀਬਿਲਟੀ ਇਹਦੀ ਨਹੀਂ ਹੈ ਜਿਹੜਾ ਬੰਦਾ ਕਮਿਟਮੈਂਟ ਉਹ ਕਰੇ ਜਿਹੜਾ ਰਿਸਪੋਂਸੀਬਿਲਟੀ ਜਿਹਦੀ ਹੋਏ ਇੰਪਲੀਮੈਂਟ ਕਰਨ ਦੀ ਆਹ ਮੈਨੀਫੈਸਟੋ ਮੈਨੀਫੈਸਟੋ ਆ ਜੀ ਜਿਹਦੇ 'ਚ ਸਾਰੀਆਂ ਚੀਜ਼ਾਂ ਝੂਠਦਾ ਪਲੰਦਾ ਉਹਨਾਂ ਦਾ ਸਾਰਾ ਹੀ ਪੇਜ ਵਾਈਜ਼ ਵੀ ਹੈਵ ਗਿਵਨ ਆਲਸੋ ਸੋ ਜਿਹੜਾ ਹੁਣ ਆਰ ਡੀ ਐਫ ਹੈ ਇਹਦੇ ਨਾਲ ਆਈ ਵਾਸ ਟਾਕਿੰਗ ਟੂ ਕਿਸਾਨ ਯੂਨੀਅਨ ਆਲਸੋ ਅਪਰੋਚਿੰਗ ਮੀ ਕਿ ਹੁਣ ਜਿਹੜਾ ਆਪਣੀ ਕੋਟਨ ਦੀ ਸੇਲ ਹੈ ਸਾਰੀ ਕੋਟਨ ਆਪਣੀ ਜਿਹੜੀ ਹੈ ਹਰਿਆਣੇ ਜਾ ਕੇ ਵਿਕੂਗੀ ਪੰਜਾਬ 'ਚ ਨਹੀਂ ਵਿਕਣੀ ਐਂ ਜਿਹੜੇ ਆਪਣੇ ਮੰਡੀਆਂ ਵਾਲੇ ਜਿਹੜੇ ਹਰਿਆਣੇ ਤੋਂ ਲੈਣਗੇ ਜਿਹੜੇ ਆਪਣੇ ਜਿੰਨੀਆਂ ਜਿਹੜੇ ਤੇਲ ਵਾਲੇ ਆ ਸਰੋਂ ਦਾ ਤੇਲ ਜਿੰਨੇ ਲੈਂਦੇ ਸਾਰੇ ਹੁਣ ਹਰਿਆਣਾ ਤੋਂ ਉੱਥੋਂ ਵਿਜਣਗੇ ਆਪਣੇ ਫਾਰਮਰ ਨੂੰ ਨਹੀਂ ਲੈਣਗੇ 2% ਇਜ਼ ਅ ਹਿਊਜ ਅਮਾਊਂਟ ਅੱਜ ਕੱਲ੍ਹ 1-1% 'ਤੇ ਵੀ 0.5% 'ਤੇ ਵੀ ਇੰਨਾ ਵੱਡਾ ਫਰਕ ਪੈਂਦਾ ਹੈ ਐਂਡ ਦਿਸ ਇਜ਼ ਟੂ ਐਂਡ ਆਲ ਇੰਡਸਟਰੀ ਐਂਡ ਆਲ ਇੰਡਸਟਰੀਜ਼ ਆਲਸੋ ਇੰਡਸਟਰੀ ਵੀ ਮਿਲੇ ਸੀ ਇਹਨਾਂ ਨੂੰ ਪਰ ਇਹਨਾਂ ਨੂੰ ਇੱਕੋ ਹੀ ਗੱਲ ਦੇਖਿਆ ਕਿ ਆਪਾਂ ਟੈਕਸ ਲਾ ਦਿਓ ਕਿ ਅਸੀਂ ਵੇਵਰ ਕਰਨਾ ਹੈ ਅਸੀਂ ਜਨਰੇਟ ਕਰਨੀ ਬਟ ਦੈਟ ਡਜ਼ਨਟ ਮੀਨ ਦੈਟ ਯੂ ਕਿਲ ਪੰਜਾਬ ਇੰਡਸਟਰੀ ਐਂਡ ਦਿਸ ਵੇ ਕੀ ਹੋਣਾ ਕੀ ਹੈ ਪੰਜਾਬ ਦੀ ਇੰਡਸਟਰੀ ਵੀ ਕਿਲ ਹੋਊਗੀ ਅਤੇ ਪੰਜਾਬ ਦਾ ਕਿਸਾਨ ਵੀ ਮਰੂਗਾ ਸੋ ਜੇ ਤੁਸੀਂ ਸਮ ਅਪ ਕਰੋ ਅੱਛਾ ਲਾਸਟ ਥਿੰਗ ਆਈ ਵਾਂਟ ਟੂ ਸੇ ਐਸ ਵਾਈ ਐਲ ਵੀ ਆਰ ਵੈਰੀ ਕਲੀਅਰ ਐਂਡ ਵੀ ਵਾਂਟ ਟੂ ਟੈਲ ਦ ਚੀਫ ਮਿਨਿਸਟਰ ਦੇਰ ਇਜ਼ ਨੋ ਸਕੋਪ ਆਫ ਨੈਗੋਸੀਏਸ਼ਨ ਸੋ ਦੇ ਸ਼ੁੱਡ ਬੀ ਨੋ ਵਾਈਜ਼ ਹੀ ਗੋਇੰਗ ਫੋਰ ਨੈਗੋਸੀਏਸ਼ਨ ਨੈਗੋਸੀਏਸ਼ਨ ਉਹ ਹੋ ਜਾਏ ਜੇ ਤੁਸੀਂ ਲੈਣਾ ਦੇਣਾ ਕਰਨਾ ਹੋਏ ਨੈਗੋਸੀਏਸ਼ਨ ਮਤਲਬ ਹੈ ਗਿਵ ਐਂਡ ਟੇਕ ਇਫ ਕਾਂਗਰਸ ਗਵਰਨਮੈਂਟ ਇਨ ਪੰਜਾਬ ਗੋਜ਼ ਫੋਰ ਨੈਗੋਸੀਏਸ਼ਨ ਦੈਟ ਮੀਨਸ ਦੇ ਆਰ ਗੋਇੰਗ ਟੂ ਗੋ ਦੇਅਰ ਟੂ ਕੰਪਰੋਮਾਈਜ਼ ਦ ਇੰਟਰਸਟ ਆਫ ਦ ਸਟੇਟ ਲਾਈਕ ਦੇ ਡਿਡ ਲਾਸਟ ਟਾਈਮ ਉਦੋਂ ਇੰਦਰਾ ਗਾਂਧੀ ਤੋਂ ਡਰ ਕੇ ਇਹਨਾਂ ਨੇ ਸਾਰਾ ਕਾਂਗਰਸ ਦੀ ਫਿਤਰਤ ਹੀ ਹੈ ਹਾਂਜੀ ਡਰ ਕੇ ਨਹੀਂ ਹੀ ਵਾਂਟਸ ਕਿ ਮੇਰਾ ਕਿਵੇਂ ਨਾ ਕੇਸ ਬਚ ਜਾਏ ਜਾਂ ਹੋਰ ਕੋਈ ਗੱਲ ਹੈ ਕਈ ਚੀਜ਼ਾਂ ਹੋ ਜਾਣ ਪਰ ਵਟ ਆਈ ਐਮ ਟ੍ਰਾਇੰਗ ਟੂ ਸੇ ਸਮਥਿੰਗ ਡਿਫਰੈਂਟ ਦਿਸ ਇਫ ਦੇ ਗੋਇੰਗ ਫੋਰ ਨੈਗੋਸੀਏਸ਼ਨ ਵਾਈ ਸ਼ੁੱਡ ਦੇ ਗੋ ਫੋਰ ਨੈਗੋਸੀਏਸ਼ਨ ਕਿਉਂਕਿ ਦਿਸ ਇਜ਼ ਨੋਨ ਨੈਗੋਸ਼ੀਏਬਲ ਜੇ ਮੇਰਾ ਆਹ ਅਕਾਲੀ ਦਲ ਦਾ ਦਫ਼ਤਰ ਹੈ ਜੇ ਮੈਂ ਮੇਰੇ ਹੀ ਦਫ਼ਤਰ ਮੈਂ ਵੇਚਣਾ ਮੈਂ ਕਾਂਗਰਸ ਨਾਲ ਦੇਣ ਥੋੜ੍ਹੀ ਜਾਊਂਗਾ ਕਿ ਯਾਰ ਮੇਰਾ ਦਫ਼ਤਰ ਮੈਂ ਵੇਚਣਾ ਜਾਂ ਨਹੀਂ ਵੇਚਣਾ ਜੋ ਵੇਚਣਾ ਹੀ ਨਹੀਂ
ਉਵੇਂ ਨਾ ਪਾਣੀ ਹੈ ਸਾਡੇ ਕੋਲ, ਨਾ ਜ਼ਮੀਨ ਹੈ, ਨਾ ਦੇਣੀ ਹੈ. ਸੋ ਹੀ ਸ਼ੁੱਡ ਕਲੀਅਰਲੀ ਟੇਕ ਅ ਸਟੈਂਡ, ਕੈਪਟਨ ਸ਼ੁੱਡ ਟੇਕ ਅ ਸਟੈਂਡ ਦੈਟ ਦੇਰ ਇਜ਼ ਨੋ ਕੁਐਸਚਨ ਆਫ ਨੈਗੋਸੀਏਸ਼ਨ. ਸੋ ਵਾਈ ਸ਼ੁੱਡ ਆਈ ਕਮ ਫਰ ਅ ਮੀਟਿੰਗ ਫੋਰ ਵਾਟ? ਐਂਡ ਇਫ ਹੀ ਟ੍ਰਾਈਜ਼ ਟੂ ਕੰਪਰੋਮਾਈਜ਼ ਦ ਇੰਟਰਸਟ ਆਫ ਅ ਸਟੇਟ, ਪੀਪਲ ਆਫ ਪੰਜਾਬ ਵਿਲ ਨੋਟ ਸਪੇਅਰ ਹਿਮ. ਆਲ ਦ ਫਾਰਮਰਸ ਹੋਰ ਪੀਪਲ ਵਿਲ ਫਾਈਟ ਟੂਥ ਐਂਡ ਨੇਲ ਇਫ ਹੀ ਐਵਰ ਟ੍ਰਾਈਜ਼ ਟੂ ਕੰਪਰੋਮਾਈਜ਼, ਐਂਡ ਅਕਾਲੀ ਦਲ ਵਿਲ ਫਾਈਟ ਇਟ ਟੂ ਦ ਐਂਡ. ਵੈਨ ਤੁਸੀਂ ਕੋਈ ਚੀਜ਼ ਤੁਸੀਂ ਕਰਨੀ, ਜੇ ਤੁਸੀਂ ਆਪਣਾ ਘਰ ਵੇਚਣਾ ਹੀ ਨਹੀਂ ਤਾਂ ਤੁਸੀਂ ਮਾਰਕੀਟ ਜਾ ਕੇ ਪ੍ਰੋਪਰਟੀ ਡੀਲਰ ਨਾਲ ਕੀ ਮਿਲ ਜਾਓਗੇ? ਹੈ ਇਟਸ ਨੋਟ ਟਰੱਸਟ ਡੈਫਿਸਿਟ ਵੈਨ ਦਿਸ. ਜੇ ਤੁਸੀਂ ਦੇਣਾ ਹੀ ਨਹੀਂ, ਜੇ ਕੋਈ ਹੈ ਹੀ ਨਹੀਂ ਤਾਂ ਵਾਈ ਸ਼ੁੱਡ ਯੂ ਗੋ ਫੋਰ ਦਿਸ ਥਿੰਗ? ਇੱਕ ਮਿੰਟ, ਦੈਟ ਮੀਨਸ ਦੇ ਆਰ ਕੰਪਰੋਮਾਈਜ਼ਿੰਗ. ਰਿਜ਼ੋਲਵ ਕੀ ਹੈ? ਨਾ ਪਾਣੀ. ਜੇ ਬਗੈਰ ਪਾਣੀ ਤੇ ਦਿੱਤੇ, ਬਗੈਰ ਅਕਵਾਇਰ ਕੀਤੇ, ਬਗੈਰ ਕਨਾਲ ਬਣਾਏ ਕੀਤੇ, ਜੇ ਉਹ ਇਕੱਲਾ ਜੱਫੀ ਪਾਉਣੀ ਆ, ਦੈਟ ਇਜ਼ ਫਾਈਨ. ਜੇ ਸੁਖਬੀਰ ਬਾਦਲ ਨੂੰ ਇਤਰਾਜ਼ ਹੈਗਾ ਜਾਂ ਉਹ ਚਾਹੁੰਦੇ ਨੇ ਪੰਜਾਬ ਦੇ ਹੱਥ ਦੇ ਵਿੱਚ, ਤੇ ਉਹ ਖੁਦ ਪਾਰਟੀ ਲੀਡਰਸ ਨੂੰ ਲੈ ਕੇ ਪੀਐਮ ਨਾਲ ਇਸ ਬਾਰੇ ਗੱਲ ਕਿਉਂ ਨਹੀਂ ਕਰਦੇ? ਨਹੀਂ, ਕੱਲ ਕੀ ਕਰਨੀ ਹੈ? ਅੱਜ ਤੱਕ ਕਿਹਾ ਸੀ ਗੱਲ ਪਾਣੀ ਬਾਰੇ ਗੱਲ ਕਰਨੀ ਨਹੀਂ, ਕਿਉਂਕਿ ਸਾਡੇ ਇਸ ਨੇ ਨੋਨ ਨੈਗੋਸ਼ੀਏਬਲ ਡੀਨੋਟੀਫਾਈ ਕਰਦਾ, ਇਸ ਤਾਂ ਡੀਨੋਟੀਫਾਈ ਕਰਤਾ ਸੀ, ਜ਼ਮੀਨ ਵੀ ਦੇਤੀ, ਨੈਗੋਸ਼ੀਏਬਲ. ਨੈਗੋਸ਼ੀਏਬਲ ਤਾਂ ਯਾਰ ਤੁਸੀਂ ਗੱਲ ਸਮਝੇ ਨਹੀਂ, ਨੈਗੋਸ਼ੀਏਬਲ ਉਹ ਜਾਂਦੇ ਕਰਨ ਜਿਹੜੇ ਜਿਨ੍ਹਾਂ ਨੂੰ ਜੇ ਕੰਪਰੋਮਾਈਜ਼ ਕਰਨ 'ਚ ਤਿਆਰ ਹੋਣ. ਜੇ ਮਤਲਬ ਇਫ ਕੈਪਟਨ ਥਿੰਕਸ ਦੈਟ ਓਕੇ ਆਈ ਵਿਲ ਏਬਲ ਟੂ ਕੰਪਰੋਮਾਈਜ਼, ਗਿਵ ਥੋੜ੍ਹਾ ਮੋਟਾ ਦੇਊਂਗਾ ਜਾਂ ਕੁਛ ਦੇ ਦੂੰਗਾ, ਦੈਟ ਮੀਨਸ ਹੀ ਇਜ਼ ਗੋਇੰਗ ਦੇਰ. ਜ਼ਰੂਰਤ ਹੀ ਨਹੀਂ ਹੈ ਟਰੱਸਟ ਡੈਫਿਸਿਟ ਉਹਨਾਂ ਦੀ. ਹਾਂ, ਸਾਨੂੰ ਵੀ ਹੈਵ ਟਰੱਸਟ ਡੈਫਿਸਿਟ ਨਾਓ ਔਨ ਆਫਟਰ ਜਾਖੜ ਸਟੇਟਮੈਂਟ ਐਂਡ ਆਫਟਰ ਕੈਪਟਨ ਅਮਰਿੰਦਰ ਸਿੰਘ ਡਿਸੀਜਨ ਟੂ ਗੋ. ਆਈ ਥਿੰਕ ਵੀ ਪੀਪਲ ਆਫ ਪੰਜਾਬ ਐਂਡ ਅਕਾਲੀ ਦਲ ਹੈਵ ਟਰੱਸਟ ਡੈਫਿਸਿਟ ਔਨ ਦੈਮ, ਬਿਕੋਜ਼ ਦੇ ਹੈਵ ਸ਼ੋਨ ਇਨਕਲੀਨੇਸ਼ਨ ਆਫ ਕੰਪਰੋਮਾਈਜ਼ ਵੇਅਰ ਦਿਸ ਦੇ ਸ਼ੁੱਡ ਬੀ ਨੋ ਕੰਪਰੋਮਾਈਜ਼. ਬਿਕੋਜ਼ ਵਾਈ ਵੀ ਹੈਵ ਟਰੱਸਟ? ਪਿਛਲੀ ਵਾਰ ਵੀ ਬੈਕ ਸਟੈਪ ਕਰ ਗਏ ਸੀ, ਐਕਟ ਦੀ ਵੀ ਬੈਕ ਸਟੈਪ ਕਰਨੀ. ਸਟੇਟਸ ਕੀ ਸਾਹਮਣਾ ਕੋਲ ਹੈ, ਬਿਕੋਜ਼ ਕੋਰਟ ਨੇ ਸਟੇ ਕਰਤਾ ਐਜ਼ ਇਜ਼. ਸੋ ਜਿਹੜੇ ਨਾ ਉਹਨਾਂ ਦੀ ਹੋ ਗਈ ਸੀ, ਕਬਜ਼ਾ ਉਹਨਾਂ ਕੋਲ ਹੈ. ਸੋ ਉਹੀ ਤਾਂ ਕਹਿ ਰਹੇ ਨੋਨ ਨੈਗੋਸ਼ੀਏਬਲ, ਤਦੇ ਤਾਂ ਕਹਿ ਰਹੇ ਕਿ ਜ਼ਮੀਨ ਨਹੀਂ, ਪਾਣੀ ਨਹੀਂ, ਤੇ ਨੈਗੋਸ਼ੀਏਟ ਕੀ ਕਰ ਰਹੇ ਹੋ? ਸਟੇਟਮੈਂਟ creates doubt and people of Punjab have now trust deficit in them. ਸ਼ੱਕ ਦੇ ਘੇਰੇ ਜੇ ਉਹਨਾਂ ਦੀ ਸਾਰੀ ਗੱਲ ਉਹਨੂੰ ਕੀ ਕਰ ਰਹੇ? Because they are ready to compromise, it looks like that. ਯਾਰ ਅਸੀਂ ਸਿੱਧੀ ਗੱਲ ਹੈ, ਮੈਂ ਕਿਹਾ ਨਾ ਜ਼ਮੀਨ ਨਾ ਪਾਣੀ ਕੁਛ ਨਹੀਂ ਦੇਣਾ, ਸਿੱਧੀ ਗੱਲ. ਕੋਈ ਮਰਜ਼ੀ ਕਹੀ ਜੇ ਇਹ ਤੋਂ ਕਲੀਅਰ ਤਾਂ ਨਹੀਂ ਹੋ ਸਕਦਾ ਜੀ. ਪਤਾ ਨਹੀਂ ਤੁਸੀਂ ਕੀ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਲੱਭਦੇ ਹੋ, ਉਹ ਲਿਖਦੇ ਹੋ ਜਿਹੜਾ ਲਿਖਣਾ ਜਿੱਦਾਂ ਤਰੀਕਾ ਸਟੇਟ ਕੰਮ ਆ ਸਾਡਾ, ਕੋਈ ਨਾ ਲਗੋਕ ਵਜੋਕੇ ਤਾਂ ਕਰਦੇ ਨਹੀਂ. ਇਹ ਪ੍ਰਧਾਨ ਜੀ ਚਾਹੁੰਦੇ ਕਿ ਤੁਸੀਂ ਕਹੋ ਕਿ ਇਸ ਗੱਲ ਕੋਰਟ ਦਾ ਆਰਡਰ ਨਹੀਂ ਮੰਨਦੇ, ਉਹ ਕੌਣ ਆ ਇਹ ਚਾਹੁੰਦੇ ਆ? ਨਹੀਂ, ਨੋ ਲੈਂਡ ਨੋ ਵਾਟਰ. ਸੀਐਮ ਪੰਜਾਬ ਸ਼ੁੱਡ ਟੈਲ ਦਾ ਗਵਰਨਮੈਂਟ ਆਈ ਐਮ ਵਾਈ ਸ਼ੁੱਡ ਆਈ ਕਮ, ਦ ਕੁਐਸਚਨ ਇਜ਼ ਨੋਟ ਨੈਗੋਸ਼ੀਏਬਲ. ਜੇ ਇਕੱਲਾ ਚਾਹ ਪਿਆਉਣੀ ਹੈ, ਯੈਸ, ਬਟ ਦੈਟਸ ਇਟ. ਮੀਡੀਆ ਟੀਮ ਨਾਲ ਜਾਏ, ਕੋਈ ਹੋਰ ਗਲਤ ਨਾ ਬੋਲੇ ਜਾਣ, ਉੱਥੇ ਨਾਲ ਲੈ ਕੇ ਜਾਣਾ, ਬਿਕੋਜ਼ ਵੀ ਹੈਵ ਟਰੱਸਟ ਡੈਫਿਸਿਟ ਇਨ ਹੋਮ. ਪਤਾ ਨਹੀਂ ਕੀ ਕਰਕੇ ਆਉਣਗੇ. What happens is, 10 years I've been hearing the story, 10 years financial crisis, like cash staff state, whatever staff, whatever happened. But this same state in 10 years saw amazing amount of funds for development, the best infrastructure. We gave every possible social welfare scheme on time and up to date, and we never defaulted. ਇੱਕ ਵਾਰ ਵੀ ਅਸੀਂ ਡਿਫਾਲਟ ਨਹੀਂ ਕੀਤਾ.
ਅਸੀਂ 2.5 lakh ਨੌਕਰੀਆਂ ਵੀ ਦਿੱਤੀਆਂ, 2.5 lakh ਨੌਕਰੀ ਦੇ ਕੇ ਪੇ ਕਮਿਸ਼ਨ ਨੂੰ ਅਸੀਂ ਜਿਹੜਾ ਹੁਣ ਪੇ ਕਮਿਸ਼ਨ ਦੇਣ ਨੂੰ ਤਿਆਰ ਹੈ, ਪੇ ਕਮਿਸ਼ਨ ਨੂੰ ਵੀ 30% ਜਾਂ ਪਤਾ ਕਿੰਨੇ ਪਰਸੈਂਟ ਇੰਕਰੀਜ਼ ਸੀ, ਉਹ ਵੀ 6000 ਉਹ ਵੀ ਇੰਪਲੀਮੈਂਟ ਕੀਤਾ। ਸੋ ਕੈਨ ਇਮੈਜਿਨ, ਇਹ ਤੋਂ ਵਧੀਆ ਸਰਕਾਰ ਚਲਾ, ਜੇ ਨਹੀਂ ਚਲਾਉਣੀ ਛੱਡ ਦੇਣਾ ਅਸੀਂ ਚਲਾ ਲੈਂਦੇ ਗੱਲ ਕੋਈ। ਕਿਹੜਾ ਕਿਹੜਾ ਕਰਜ਼ਾ? ਫੋਰ ਯੋਰ ਕਾਇੰਡ ਇਨਫੋਰਮੇਸ਼ਨ PIDB, ਹੋਲਡ ਆਨ, ਦਿਸ ਇਜ਼ ਅ ਰੈਗੂਲਰ ਪ੍ਰੋਸੈਸ। ਕੈਪਟਨ ਅਮਰਿੰਦਰ ਸਿੰਘ ਵਾਜ਼ ਅ ਚੀਫ ਮਿਨਿਸਟਰ ਫਰੋਮ 2002, ਉਦੋਂ ਵੀ PIDB ਤੋਂ ਲਿੱਤਾ ਸੀ, ਉਦੋਂ ਵੀ ਲਿੱਤਾ ਸੀ। ਦੈਟ ਇਜ਼ ਯੂ ਮੈਨੇਜ ਯੋਰ, ਕੀ ਕੀਤਾ, PIDB ਇਜ਼ ਅ ਸੋਰਸ। ਜਿਵੇਂ ਅਸੀਂ ਆਪਾਂ ਪੈਟਰੋਲ ਦੇ ਸੈਸ ਲਾਇਆ, ਵੀ ਗੋਟ ਦਾ ਮਨੀ, ਸੋ ਵੀ ਵੈਨ ਯੂ ਡੂ ਇਨਫਰਾਸਟਰਕਚਰ। ਹੁਣ ਤੁਸੀਂ ਆਪਣਾ ਬੈਂਕ ਤੋਂ ਲੋਨ ਲੈਂਦੇ ਹੋ, ਆਪਾਂ ਪ੍ਰੋਜੈਕਟ ਲਾਉਣੇ ਆ, ਫੋਰ ਐਗਜ਼ਾਮਪਲ ਫੈਕਟਰੀ ਲਾਉਣੇ ਆ, ਫੈਕਟਰੀ ਕੀ ਲੱਗਦੀ ਹੈ, ਤੁਸੀਂ ਆਪਣੀ ਫਿਊਚਰ ਕੈਸ਼ ਫਲੋਜ਼ ਨੂੰ ਦੇਖ ਕੇ ਬੈਂਕ ਤੁਹਾਨੂੰ ਦਿੰਦਾ ਕਿ ਤੁਹਾਨੂੰ ਕੈ ਲੋਨ ਹੈ, ਤੁਸੀਂ ਫੈਕਟਰੀ ਖੜੀ ਕਰ ਦਿੰਦੇ ਹੋ, ਫਿਰ ਉਹ ਪੈਸੇ ਨਾਲ ਉਹ ਤਾਰੀ ਜਾਂਦੇ ਹੋ। ਦਿਸ ਕੈਸ਼ ਫਲੋ ਇਜ਼ ਨੋਟ ਸੇਲ ਆਫ ਪ੍ਰੋਪਰਟੀ, ਇਟ ਵਾਜ਼ ਬੈਂਕਸ ਨੈਵਰ ਗਿਵ ਯੂ ਲੋਨ ਔਨ ਸੇਲ ਆਫ ਪ੍ਰੋਪਰਟੀ ਜਿਹੜੀ ਹੋਊਗੀ, ਦੇ ਗਿਵ ਯੂ ਔਨ ਯੋਰ ਕੈਸ਼ ਫਲੋ, ਲਾਈਕ ਇਫ ਯੂ, ਐਂਡ ਬੈਂਕਸ ਉਹਨਾਂ ਨੂੰ ਦਿੰਦਾ ਜਿਹੜੇ ਕ੍ਰੈਡਿਟ ਵਧੀ ਹੋਣ, ਐਂਡ ਵੀ ਬਿਕੋਜ਼ ਆਫ ਅ ਕ੍ਰੈਡਿਟ ਵਾਜ਼ ਸੋ ਗੁੱਡ, ਬਿਕੋਜ਼ ਵੀ ਨੈਵਰ ਡਿਫਾਲਟਡ ਇਨ ਐਨੀਥਿੰਗ, ਐਂਡ ਦੈਟ ਇਜ਼ ਵਾਈ ਦੇ ਗਿਵ ਅਸ, ਵਾਈ ਆਰਨਟ ਦੇ ਗੈਟਿੰਗ ਦ ਮਨੀ। ਹੁਣ ਆਹ ਵੀ ਕਰਨ ਲੱਗੇ ਹੈ, ਹੁਣ ਆਹ ਵੀ ਇਹਨਾਂ 1000 crore ਇਕੱਠਾ ਕਰ ਲਿਆ, ਹੁਣ ਦੇ ਵਾਂਟ ਟੂ ਰੇਜ਼, ਇਹਨੂੰ ਕਰਕੇ ਫਿਰ ਅਸੀਂ ਕਜਾਨ ਤੱਕ ਦੇਵਾਂਗੇ, ਕੁਛ ਕਰਨ ਟੈਕਸ ਦੇਵਾਂਗੇ। ਸਾਡੀ ਤਾਂ ਐਵਰ ਰੈਡੀ ਕੰਮ, ਮੈਂ ਤਾਂ ਤੁਸੀਂ ਸਵਾਲ ਉਹਨਾਂ ਨੂੰ ਪੁੱਛੋ ਕਦੋਂ ਸ਼ੁਰੂ ਕਰਨਗੇ। ਮੈਂ ਤੁਹਾਨੂੰ ਦੱਸਾਂ, ਇਹਨਾਂ ਨੇ ਹੁਣ ਬਿਜਲੀ ਦੇ ਰੇਟ ਵਧਾਉਣੇ ਜਿਹੜਾ ਪ੍ਰੋਮਿਸ ਕੀਤਾ ਸੀ। ਅੱਛਾ, ਐਕਚੁਲੀ ਮੈਂ ਤੁਹਾਨੂੰ ਹੋਰ ਦੱਸਾਂ, ਚਲੋ ਆਈ ਵਾਂਟ ਟੂ ਮੇਕ ਵਨ ਥਿੰਗ ਕਲੀਅਰ, ਇਹਨਾਂ ਨੇ ਕਿਹਾ ਸੀ ਇੰਡਸਟਰੀ ਨੂੰ 5 rupees ਯੂਨਿਟ ਦੇਵਾਂਗੇ, ਇਹਨੇ ਹੁਣ 5 rupees ਯੂਨਿਟ ਕੀ ਦੇਣਾ ਸੀ, ਇਹਨਾਂ ਨੇ ਵਧਾ ਤੀ ਹੈ, ਪੀਕ ਲੋਡ ਉਹਨਾਂ ਨੇ ਕੈਂਸਲ ਕਰਤਾ, ਵਿਚ ਇਜ਼ ਅ ਹਿਊਜ ਅਮਾਊਂਟ, 600 ਜੇ ਅਸੀਂ ਕੈਂਸਲ ਕੀਤਾ, ਉਹ ਲਾਤਾ ਪੀਕ ਲੋਡ ਲਾਤਾ, ਪਲੱਸ ਇਹਨਾਂ ਨੇ ਉਹ ਦੂਜਾ ਸੈਸ ਲਾਤਾ, ਨਾਓ ਇਟਸ ਅਬਾਊਟ ਮੈਨੂੰ ਲੱਗਦਾ 60-70 paise ਰੁਪਿਆ ਇਜ਼ ਕਮ ਮੋਰ ਐਕਸਪੈਂਸਿਵ ਪਾਵਰ ਫੋਰ ਇੰਡਸਟਰੀ। ਕਿਹੜੇ? ਨੋ, ਦੋਜ਼ ਆਰ ਡਿਸੀਜਨਸ ਓਵਰ, ਲਾਈਕ ਯੂ ਲਾਈਕ ਗੱਡੀ 5 saal ਬਾਅਦ ਤੁਸੀਂ ਚਲਾਉਣੀ, 10 saal ਬਾਅਦ ਯੂ ਹੈਵ ਟੂ ਸੈਲ, ਇਹਨਾਂ ਲਾਈਫ ਹੁੰਦੀ ਹੈ ਹਰ ਪਲਾਂਟ ਦੀ। ਕਿਹੜੀ? ਨਹੀਂ, ਰਿਲਾਇੰਸ ਨੇ ਦਿੱਤੀ ਹੈ 2.75 rupees ਇਹਨਾਂ ਨੂੰ, ਨਹੀਂ ਨਹੀਂ ਲੈ ਰਹੇ ਆ ਚੈੱਕ। ਲਿਸਨ, ਵੀ ਸਾਈਨਡ ਆਲ ਪਾਵਰ ਪਰਚੇਸ ਵਿਦ ਇਨ ਕੀਪਿੰਗ ਇਨ ਵਿਦ ਦ ਸਿਚੁਏਸ਼ਨ। ਪੰਜਾਬ ਇਜ਼ ਵਨ ਸਟੇਟ ਵਿਚ ਇਜ਼ ਗੋਟ ਅਬਨੋਰਮਲ ਪਾਵਰ ਰਿਕੁਆਇਰਮੈਂਟ, ਆਰ ਇਜ਼ ਦ ਓਨਲੀ ਸਟੇਟ ਵੇਅਰ ਫੋਰ 4 months ਵੀ ਰਿਕੁਆਇਰਮੈਂਟ ਇਜ਼ 12,000 megawatts, ਐਂਡ ਦ ਨੈਕਸਟ 6 months ਇਟਸ ਓਨਲੀ 5,000 megawatts, ਦੇਰ ਇਜ਼ ਨੋ ਅਦਰ ਸਟੇਟ ਇਨ ਦ ਕੰਟਰੀ, ਐਂਡ ਦੇ ਬਿਕੋਜ਼ ਆਫ ਦਿਸ, ਬਿਕੋਜ਼ ਵੀ ਪ੍ਰੋਵਾਈਡ ਟਿਊਬਵੈਲ, ਵੀ ਪ੍ਰੋਵਾਈਡ ਐਵਰੀਥਿੰਗ ਟੂ ਦ ਫਾਰਮਰਸ, ਐਂਡ ਦੈਟ ਇਜ਼ ਵਾਈ ਵੈਨ ਡਿਸਪਾਈਟ ਲਾਸਟ 5 years ਆਪਣੇ ਕੋਈ 25-30% ਡੈਫਿਸਿਟ ਰਹੀ ਹੈ, 50% ਰੇਨਫੋਲ ਡੈਫਿਸਿਟ ਰਹੀ ਹੈ, ਵੀ ਹੈਵ ਬੀਨ ਏਬਲ ਟੂ ਸਰਵਾਈਵ ਬਿਕੋਜ਼ ਆਫ ਆਰ ਪਾਵਰ ਵਿਚ ਵੀ ਗੇਵ ਟੂ ਫਾਰਮਰਸ। ਸੈਕਿੰਡਲੀ ਜੀ, ਤੁਸੀਂ ਇੱਕ ਗੱਲ ਵੇਖੋ, ਇੰਡਸਟਰੀ ਇੱਥੇ ਇੰਨੀ ਆਈ ਸੀ, ਪ੍ਰੋਗਰੈਸਿਵ ਸਟੈਪ ਕੀ, ਇਨਵੈਸਟ ਪੰਜਾਬ ਬਣਾਇਆ ਸੀ, ਹੁਣ ਬੰਦ ਕਰਨ ਨੂੰ ਫਿਰਦੇ ਆ ਸਰਕਾਰੀ। ਹੁਣ ਇਹਨਾਂ ਨੇ ਜਿਹੜੀ ਹੈ ਨਾ, ਦੇ ਆਰ ਪਲੈਨ ਟੂ ਸ਼ਟ ਡਾਊਨ ਐਵਰੀਥਿੰਗ, ਕਿਉਂਕਿ ਜਿਹੜਾ ਮਨਪ੍ਰੀਤ ਹੈ ਨਾ, ਹਿਸ ਪੋਲੀਟਿਕਸ ਇਜ਼ ਡਿਫਰੈਂਟ। ਆ ਕਹਿੰਦਾ ਇੱਕ ਰੋਟੀ, ਜੇ ਆਪਾਂ 4 roti ਖਾਣੀਆਂ, ਤੁਸੀਂ 2 roti ਕਰ ਦਿਓ, ਸੋ ਦੈਟ ਯੂ ਵਿਲ ਸੇਵ ਮਨੀ। ਜੇ 2 roti ਕਰੋਗੇ ਫਿਰ ਆਟੇ ਦੀ ਡਿਮਾਂਡ ਘੱਟ ਜੂਗੀ, ਆਟੇ ਦੀ ਡਿਮਾਂਡ, ਕਣਕ ਦੀ ਡਿਮਾਂਡ ਘੱਟ ਜੂਗੀ, ਜੇ ਕਣਕ ਦੀ ਡਿਮਾਂਡ, ਫਾਰਮਰ ਮਰ ਜੂਗਾ। ਆਹ ਤਾਂ ਡੀ ਐਕਸਲਰੇਟ ਉਹਦਾ ਕੰਮ ਹੈ, ਡੀ ਐਕਸਲਰੇਟ। ਹੁਣ ਉਹਨੇ ਕਿਹਾ ਆਪਣੇ ਬੋਰਡ ਲਾ ਤੇ, ਮੈਂ ਕੋਈ ਚਾਹ ਨਹੀਂ ਦੇਣੀ, ਕਿੰਨੀ ਕੁ ਸੇਵਿੰਗ ਕਰ ਲਈ ਉਹਨੇ ਆਪਣੇ ਦਫ਼ਤਰ 'ਚ, ਐਂ ਡਰਾਮੇ ਕਰਨ ਦੀ ਕੀ ਲੋੜ ਹੈ? ਮੈਨੂੰ ਕੋਈ ਦੱਸ ਰਿਹਾ ਸੀ, ਮੈਂ ਤੁਹਾਨੂੰ ਅੱਜ ਦੱਸਣਾ, ਕਈ ਸ਼ਾਮ ਨੂੰ ਵਿਸਕੀ ਪਿਲਾ ਦਿੰਦੇ, ਉਹ ਕਹਿੰਦਾ ਚਾਹ ਨਹੀਂ ਪਿਲਾਉਣੀ, ਪਤਾ ਨਹੀਂ। ਨਹੀਂ, ਤੁਸੀਂ ਇੱਕ ਚੈੱਕ ਕਰ ਲਓ ਫਰੋਡ, ਉਹਦੇ ਫਰੋਡ ਪੰਥੀ ਦਾ ਚੈੱਕ ਐਗਜ਼ਾਮਪਲ। ਕੈਪਟਨ ਸਾਹਿਬ ਤੇ ਆ ਗਏ ਸੀ ਬੰਬੇ, ਉਹ ਇੰਡਸਟਰੀ ਮੀਟ ਵਾਸਤੇ, ਵਿੱਚ ਕੈਪਟਨ ਅਮਰਿੰਦਰ ਸਿੰਘ, ਰਾਣਾ ਸੋਢੀ ਅਤੇ ਮਨਪ੍ਰੀਤ ਸਿੰਘ। ਜਦੋਂ ਆ ਪਲੇਨ 'ਚ ਇੱਥੇ ਬੈਠੇ, ਅਤੇ ਕੈਪਟਨ ਸਾਹਿਬ ਅਤੇ ਰਾਣਾ ਸੋਢੀ ਬਿਜ਼ਨਸ ਕਲਾਸ ਟਿਕਟ ਸੀ, ਉਹ ਬੈਠੇ, ਇਹਨੇ ਦੇਖਿਆ ਮਨਪ੍ਰੀਤ ਹੈ ਨਹੀਂ, ਹੈ ਉਹ ਪਿੱਛੇ ਦੇਖਿਆ ਇਕੋਨਮੀ 'ਚ ਬੈਠਾ, ਹੈਂ
ਅਸੀਂ ਸਹਿ ਸ਼ਾਇਮ ਸ਼ਾਇਦ ਜਿਹੜਾ ਹੈਗਾ ਆਪਣਾ ਬੰਬੇ ਜਾ ਕੇ ਕਿਤੇ ਧਰਮਸ਼ਾਲਾ 'ਚ ਰਹੂਗਾ। ਕਹਿੰਦਾ ਉੱਥੇ VIP ਸਵੀਟ ਤਾਜ ਸੀ ਕਿਉਂਕਿ ਉੱਥੇ ਲੋਕਾਂ ਨੂੰ ਦੇਖਣਾ ਨਹੀਂ ਸੀ, ਇੱਥੇ ਲੋਕ ਦੇਖਦੇ ਸੀ, ਇਸ ਕਰਕੇ ਉਹ ਤਾਂ ਕੌਨਵੀ 'ਚ ਬਹਿ ਗਿਆ, ਉੱਥੇ ਜਾ ਕੇ ਆਪਣੀ ਸਵੀਟ ਰੱਖਿਆ ਉਹਦੇ ਆਪਣੇ ਵਾਸਤੇ। ਹੁਣ ਇਹਦੇ ਬਾਰੇ ਮੈਂ ਕੀ ਕਮੈਂਟ ਕਰਾਂ? ਉਹ ਕਹਿੰਦੇ ਉਦੋਂ ਮੈਨੂੰ ਕਹਿਣ ਲੱਗੇ ਸੀ, ਅਸੀਂ ਕਹਿੰਦੇ ਹੁਣ ਧਰਮਸ਼ਾਲਾ ਜਾ, ਉੱਥੇ ਸਾਡੀ ਕਿਤੇ ਹੈਗੀ, ਉੱਥੇ ਜਾ ਕੇ ਬਹਿ ਜਾ, ਉੱਥੇ ਕੋਈ ਤਾਜ 'ਚ ਬੈਠਾ। ਮੈਂ ਕਹਿੰਦਾ ਯਾਰ ਕਹਿੰਦਾ ਕੁਛ ਕਰਦਾ ਕੋਈ ਫਰੋਡ ਬੰਦਾ, ਇਹਦੇ ਬਾਰੇ ਫਰੋਡ ਕੋਈ ਨਹੀਂ। ਮੈਂ ਪ੍ਰੈਸ ਰਿਪੋਰਟਰ ਹਾਂ, ਤੁਸੀਂ ਥੋਤੋਂ ਸਵਾਲ ਪੁੱਛਣਾ, ਯੂ ਆਰ ਇਨ ਦਾ ਗਵਰਨਮੈਂਟ, ਇੱਕ ਅਚੀਵਮੈਂਟ ਦੱਸ ਦਿਓ ਇਸ ਸਰਕਾਰ ਦੀ, ਕੋਈ ਦੱਸ ਸਕਦਾ ਐਨੀਵਨ? ਸਰਕਾਰ ਪਹਿਲੀ ਹੈ ਜਿਹਨੂੰ ਲੈਫਟ ਨੂੰ ਨਹੀਂ ਪਤਾ ਰਾਈਟ ਕੀ ਹੈ, ਰਾਈਟ ਨੂੰ ਨਹੀਂ ਪਤਾ ਸੈਂਟਰ ਵਾਲਾ ਕੀ ਕਰ ਰਿਹਾ, ਅਫਸਰ ਨੂੰ ਨਹੀਂ ਪਤਾ ਮਿਨਿਸਟਰ ਕੀ ਹੈ, ਮਿਨਿਸਟਰ ਰੋਜ਼ ਇੱਕ ਦੂਜੇ ਕਿਸੇ ਨੂੰ ਨਹੀਂ ਪਤਾ। ਚੰਨੀ ਦੇ ਸੁਪਨੇ ਚੱਕਣਾ ਚੂਰ ਹੋ ਜਾਣੇ ਪੈਚ ਵਰਕ ਵਾਲੇ ਜੋ ਮੈਂ ਦੇਖ ਰਿਹਾ। ਮੈਂ ਤੁਹਾਨੂੰ ਗੱਲ ਦੱਸਾਂ, ਉਹੀ ਮੈਂ ਕਹਿੰਦਾ, ਮੈਂ ਤੁਹਾਨੂੰ ਵੀ ਬੇਨਤੀ ਕਰਦਾ, ਸਾਡੇ ਤਾਂ ਤੂਫਾਨ ਖੜਾ ਕਰਤਾ ਸੀ ਰੋਜ਼ ਡਰੱਗ ਡਰੱਗ ਡਰੱਗ, ਹੁਣ ਬੋਲਦਾ ਕਿਉਂ ਨਹੀਂ? ਨਸ਼ਾ ਖਤਮ ਹੋ ਗਿਆ ਕਿੰਨਾ? ਅਸੀਂ ਉਦੋਂ ਵੀ ਕਿਹਾ ਸੀ ਇਟ ਇਜ਼ ਨੋਟ ਦੈਟ ਬਿਗ ਅ ਪ੍ਰੋਬਲਮ, ਐਂਡ ਉਦੋਂ ਸਾਰੇ ਚੈਨਲ, ਹੁਣ ਨਾ ਕੋਈ ਦਿੱਲੀ ਵਾਲਾ ਕਰਦਾ, ਨਾ ਨੈਸ਼ਨਲ ਚੈਨਲ ਕਰਦੇ, ਨਾ ਹੁਣ ਉੱਥੇ ਕੋਈ ਕਰਦਾ। ਤੁਸੀਂ ਕਿੰਨੇ ਪੇ ਛਾਪੋਗੇ ਜੀ? ਦੱਸ ਦਿੰਦੇ ਪਰ ਸਾਰੀ ਲਿਖ ਕੇ ਤਾਂ ਆਏ ਹਾਂ, ਤੁਹਾਡੇ ਇੰਨੇ ਛਪਣੇ ਨਹੀਂ ਜਿੰਨੇ ਲੈ ਕੇ ਆਏ, ਇਕੱਲੇ ਇਕੱਲੇ ਫੜ ਦਿੰਦੇ ਸਾਰੇ। ਐਨੀ ਅਦਰ ਕੁਐਸਚਨ? ਮੋਸਟ ਵੈਲਕਮ। ਮੈਂ ਕਹਿੰਦਾ ਲਓ ਡੇਰਿੰਗ, ਯੈਸ ਟੇਕ ਐਕਸ਼ਨ ਫਾਰ ਵਾਟ, ਕਹਿੰਦੇ ਕਰੋ, ਦੇਖੋ ਕਿਤੇ ਚੁੱਪ ਨਹੀਂ ਕਰਦੇ, ਐਕਸਪੋਜ਼ ਕਰਾਂਗੇ ਹਰ ਲੈਵਲ ਤੇ, ਅੱਜ ਵੀ ਇਸ ਲਈ ਆਏ ਆ। ਐਕਸ਼ਨ ਕਰਦੇ ਕਹਿੰਦੇ ਉਹਨਾਂ ਦੇ ਮਤਲਬ ਉਹ ਹਲਕਾ ਇੰਚਾਰਜ ਵਾਲਾ ਸਿਸਟਮ ਚੱਲਦਾ ਹੈ ਨਾ, ਉੱਥੇ ਥਾਣੇਦਾਰ ਨੂੰ ਕਹਿ ਦਿੰਦੇ ਫਲਾਣੇ ਨੂੰ ਫੜ ਕੇ ਅੰਦਰ ਦੇ ਦਿਓ ਜਿਹੜਾ ਵੱਧ ਬੋਲਦਾ ਇਹਨਾਂ ਦੇ ਖਿਲਾਫ, ਇੱਥੇ MLA ਕਹਿੰਦੇ ਇੱਕ ਫਲਾਣੇ MLA ਨੂੰ ਦੇ ਦਿਓ, ਚੁੱਪ ਨਹੀਂ ਕਰ ਸਕਦੇ ਵੀ, ਜੋ ਸੱਚਾਈ ਆ ਉਹ ਰੇਜ਼ ਕਰਾਂਗੇ, ਕਰਦੇ ਰਵਾਂਗੇ, ਆਪੋਜੀਸ਼ਨ ਦਾ ਫਰਜ਼ ਅਦਾ ਕਰਦੇ ਨਾ। ਪਹਿਲੀ ਗੱਲ, ਨਾ ਅਸੀਂ ਡਰੇ ਹਾਂ ਪਰਚਿਆਂ ਤੋਂ, ਨਾ ਸਾਨੂੰ ਪਰਵਾਹ ਹੈ, ਅਸੀਂ ਲੋਕਾਂ ਦੀ ਲੜਾਈ ਲੜਾਂਗੇ, ਕੋਈ ਸਾਡੀ ਆਵਾਜ਼ ਰੋਕ ਨਹੀਂ ਸਕਦਾ। ਯਾਰ ਇੱਕ ਮੈਂ ਤੁਹਾਨੂੰ ਇਗਜ਼ਾਮਪਲ ਦੇਵਾਂ ਨਵਜੋਤ ਦਾ, ਇਹਦੇ 'ਚ ਬਾਦਲ ਫੋਬੀਆ ਆ ਗਿਆ, ਮੈਂਟਲ ਹੋ ਗਿਆ। ਤੁਸੀਂ ਐਂ ਕਰੋ, ਤੁਸੀਂ ਜਾ ਕੇ ਦੇਖੋ ਅੰਮ੍ਰਿਤਸਰ, ਤੁਸੀਂ ਉੱਥੇ BRTA ਸਿਸਟਮ ਜਿਹੜਾ ਸ਼ੁਰੂ ਕੀਤਾ ਸੀ, 80 ਬੱਸਾਂ ਬ੍ਰੈਂਡ ਨਿਊ ਖੜੀਆਂ ਉੱਥੇ, 80 ਬੱਸਾਂ ਕਰੋੜਾਂ ਰੁਪਏ ਦੀਆਂ ਬ੍ਰੈਂਡ ਨਿਊ ਖੜੀਆਂ, ਇੱਕ ਸਾਲ ਹੋ ਗਿਆ, 6 ਮਹੀਨੇ ਹੋ ਗਏ ਜਦੋਂ ਸਰਕਾਰ ਬਣੀਆਂ, ਉਹਨਾਂ ਨੂੰ ਸੈਲਫ ਨਹੀਂ ਮਾਰਿਆ, ਐਂਡ ਉਹ ਗੱਲ ਜਾਣੀ ਉਹਨਾਂ ਨੇ, ਐਂਡ ਆਈ ਥਿੰਕ ਹੀ ਸ਼ੁੱਡ ਬੀ ਪ੍ਰੋਸੀਕਿਊਟਡ ਫੋਰ ਜਿਹੜਾ ਇਹਨਾਂ ਨੇ ਕੀਤਾ, ਜਿਹੜਾ ਆਪਣਾ ਲਾਈਕ ਇਟਸ ਬੇਸਿਕਲੀ ਯੂਅਰ ਡਿਸਟਰੋਇੰਗ ਗਵਰਨਮੈਂਟ ਐਸੈਟਸ। ਨਹੀਂ ਚਲੋ, ਚਲਾਉਣ ਨੂੰ ਤਿਆਰ ਨਹੀਂ, ਕਹਿੰਦਾ ਕਿ ਕਿਉਂਕਿ ਬਾਦਲਾਂ ਨੇ ਸ਼ੁਰੂ ਕੀਤੀ ਹੈ, ਹੁਣ ਕਹਿੰਦਾ ਹੁਣ ਜਿਹੜਾ ਵਿਰਾਸਤ ਏ ਖਾਲਸਾ ਹੈ ਜਾਂ ਜਿੰਨੀਆਂ ਵੀ ਦੇਵ ਕੇ ਜਿਹੜੀ ਚੀਜ਼ ਕੀਤੀ ਹੈ ਨਾ, ਬਸ ਉੱਥੇ ਦਾ ਅਸੀਂ ਉਹ ਤਾਂ ਬੰਦ ਕਰਨੀ ਹੈ ਹਰ ਚੀਜ਼। ਇਹਦੇ ਮਨ 'ਚ ਕੁਛ ਵੀ ਆ ਜਾ ਕਿ ਜੇ ਆ ਦਿਸ ਥਿੰਗ ਫੋਰ ਹਿਮ ਇਜ਼ ਨੋਟ, ਪੰਜਾਬ ਇਜ਼ ਨੋਟ ਦਾ ਕ੍ਰਾਈਟੀਰੀਆ। ਇੰਡੋਰ ਸਟੇਡੀਅਮ ਲੁਧਿਆਣੇ, ਇੰਡੋਰ ਸਟੇਡੀਅਮ ਹੈ, ਬੰਦ ਕਰਤਾ, ਤਾਲਾ ਲਾ ਕੇ ਬੰਦ ਕਰਤਾ ਇੰਡੋਰ ਸਟੇਡੀਅਮ। ਕੀ ਇਹ ਉਹਨੂੰ ਪੁੱਛੋ ਜਾ ਕੇ? ਉਹ ਵੀ ਲੱਗ ਪਿਆ ਹੁਣ ਸੋਨੀਆ ਦੀ ਚਿੜੀ ਬਣਾਉਣ ਨੂੰ, ਮੈਨੂੰ ਲੱਗਦਾ ਜਿਹੜੀ ਗੱਲ ਕਹਿੰਦਾ ਹੁੰਦਾ ਸੀ ਨਾ, ਸੋਨੀਆ ਦੀ ਚਿੜੀ ਬਣਾਉਣੀ ਹੈ। ਹੂ ਇਜ਼ ਰਿਸਪੋਂਸੀਬਲ? ਸ਼ੈਲ ਟੈਲ ਯੂ ਸਮਥਿੰਗ ਫੋਰ ਮੈਸ, ਵਿਚ ਮੈਸ? ਆਈਲ ਟੈਲ ਯੂ ਸਮਥਿੰਗ, ਫਸਟ ਆਫ ਆਲ ਕੈਪਟਨ ਸਾਹਿਬ is not interested in running the government. No, I'm just telling you, Manpreet, first of all, you have the finance minister
ਹੂ ਡਸ ਨੋਟ ਨੋ ਫਾਈਨੈਂਸ। ਹੁਣ ਜੇ ਤਾਂ ਫਾਈਨੈਂਸ਼ੀਅਲ ਮੈਸ ਮਨਪ੍ਰੀਤ ਬਾਦਲ ਨੇ ਇੰਨਾ ਕਰ ਦਿੱਤਾ ਹੈ, ਅਸੀਂ ਤਾਂ ਮਸਾ ਖੜਾ ਚੜਾਇਆ ਸੀ ਸੀ ਐਮ ਸਾਹਿਬ ਤੋਂ ਕਰ ਕੁਰ ਕੇ ਜੋ ਸਾਡੀ ਰੱਖਿਆ ਸੀ। ਇਫ ਯੂ ਲੁੱਕ ਐਟ ਇਟ, ਜਿੰਨੀ ਡਿਵੈਲਪਮੈਂਟ ਸ਼ੁਰੂ ਹੋਈ ਜਦੋਂ ਮਨਪ੍ਰੀਤ ਹਟਿਆ ਉਹਦੇ ਬਾਅਦ, ਨਹੀਂ ਤਾਂ ਹਰ ਰੋਜ਼ ਉਦੋਂ ਹੀ ਕਹਿੰਦੇ ਨੰਗ ਹੋ ਗਏ ਫਾਈਨੈਂਸ ਮਿਨਿਸਟਰੀ ਜੇ ਕਹੇ ਨੰਗ ਹੋ ਗਏ। ਹੀ ਪ੍ਰੋਬਲਮ ਇਜ ਹੀ ਇਜ਼ ਗੋਟ ਅ ਨੈਗੇਟਿਵ ਮਾਈਂਡ। ਜਿਹੜੇ ਬੰਦੇ ਕੋਲ ਨੈਗੇਟਿਵ ਮਾਈਂਡ ਹੋਏ, ਹੀ ਕਾਂਟ ਡੂ ਪੋਜ਼ਿਟਿਵ, ਹੀ ਕਾਂਟ ਥਿੰਕ ਬਿਗ, ਹੀ ਕਾਂਟ ਥਿੰਕ ਬਿਗ, ਹੀ ਕਾਂਟ ਥਿੰਕ ਇਨ ਫਿਊਚਰ, ਹੀ ਹੈਜ਼ ਨੋ ਫਾਈਨੈਂਸ਼ੀਅਲ ਪਲੈਨਿੰਗ ਕਿ ਕਿਵੇਂ ਕਿਹੜੀ ਰਿਸੋਰਸਿਸ ਕਿਵੇਂ ਜਨਰੇਟ ਕਰਨੀ ਹੈ। ਵੀ ਆਰ ਏਬਲ ਟੂ ਜਨਰੇਟ, ਅਸੀਂ ਤਾਂ ਜਨਰੇਟਡ ਰਿਸੋਰਸਿਸ ਜਨਰੇਟ ਕਰਕੇ ਅਸੀਂ ਡਿਵੈਲਪ ਕੀਤਾ ਸੀ। ਐਂਡ ਇੱਕ ਹੋਰ ਗੱਲ ਹੈ, ਦੇਰ ਇਜ਼ ਨੋ ਕੋਆਰਡੀਨੇਸ਼ਨ ਦਾ ਗਵਰਨਮੈਂਟ, ਕੋਈ ਚੀਫ ਸੈਕਟਰੀ ਦੀ ਵੈਲਿਊ ਨਹੀਂ, ਕੋਈ ਕਿਸੇ ਦੀ ਵੈਲਿਊ ਨਹੀਂ। ਆਈ ਥਿੰਕ ਇਟਸ ਅ ਕੋਂਬੀਨੇਸ਼ਨ ਆਫ ਬੋਥ। ਰੁਚਿਕਾ, ਮਾਈ ਵਨ ਕੁਐਸਚਨ ਵਿਲ ਆਲਸੋ ਬੀ, ਅ ਵੈਰੀ ਇੰਪੋਰਟੈਂਟ ਟਾਸਕ ਵਾਸ ਅਸਾਈਨ ਟੂ 2-3 ਲੀਡਰਸ ਟੂ ਮੇਕ ਅ ਮੈਨੀਫੈਸਟੋ, ਹੂ ਵਾਸ ਹੈਡਿੰਗ ਦੈਟ ਕਮੇਟੀ? Who you all know, you were going to the Congress Bhavan. So were they, that's why when Sukhbir ji said false promises, false hope, deceit, lies, ek shuru kitho hoya? You know, that's aaj khazana mantri fir kar de implement, we will all praise him. Nothing, that's why I aptly said 6 months government bare, this is a government of false promises, false hope, deceit, blatant lies, fraud, betrayal. And if you connect, when you, each word, you will connect so many issues attached to each and everything with the people of Punjab. Do you know, these words at least sum up this 6 months of government. Give the opposition an opportunity to praise them, we'll praise them. But we are stating what they told the people of Punjab, and it's what they are now trying to fool the people of Punjab. Kisan di ਫਸਲ ਅੱਜ ਨਾ ਡਾਇਵਰਸੀਫਿਕੇਸ਼ਨ ਹੋਣੀ ਹੈ ਆ ਮੰਡੀ ਫੀ ਵਧੇ ਨਾਲ, ਕਿਸਾਨ ਨੂੰ ਉਹਦੇ ਰੇਟ ਨਹੀਂ ਮਿਲਣੇ, ਖੁਦਕੁਸ਼ੀ ਉਹ ਕਰ ਗਿਆ, ਮੁਆਵਜ਼ਾ ਨੂੰ ਮਿਲਦਾ ਨਹੀਂ, ਜਾਨ ਕੱਢਤੀ ਆ, ਉਲਟਾ ਹੋਰ ਮਾਰੀ ਜਾਂਦੇ, ਤੇ ਮਤਲਬ ਵਾਟ, ਲੈਫਟ ਹੈਂਡ ਡਸਨਟ ਨੋ ਵਾਟ ਦਾ ਰਾਈਟ ਹੈਂਡ ਇਜ਼ ਡੂਇੰਗ। ਥੈਂਕ ਯੂ ਵੈਰੀ ਮੱਚ। ਲੈਟਸ ਹੈਵ ਯਾਰ, ਮੈਨੂੰ ਹਰ ਚੀਜ਼ ਦਾ ਦੁੱਖ ਹੈ ਜਿਹੜਾ ਇਹਨੇ ਬੰਦ ਕੀਤਾ ਹੈ, ਜਿਹੜਾ ਪੰਜਾਬ ਦਾ ਉਜਾੜਾ। ਨਾ, ਆਈ ਗਿਵ ਯੂ ਐਗਜ਼ਾਮਪਲ ਆਫ ਦੈਟ, ਬੰਦ ਕਰਨਾ ਉਹਨਾਂ ਕੋਈ ਵੱਡੀ ਵੱਡੀ ਪ੍ਰਾਪਤੀ ਹੋ ਗਈ? ਜਿਹੜੇ ਉੱਥੇ ਨਾਓ ਵਾਟ ਹੈਪਨਸ, ਦੇ ਵਿਲ, ਪੰਜਾਬ ਗਵਰਨਮੈਂਟ ਵਿਲ ਪੇ ਦਾ ਕੰਟਰੈਕਟਰ ਦ ਹਿਸ ਐਗਰੀਮੈਂਟ ਫੀਸ, ਅਨਇੰਪਲੋਇਮੈਂਟ ਕੜੀ ਹੋ ਜੇ, ਸੋ ਦੈਟ ਮੀਨਸ ਅ ਟੂਰਿਸਟ ਆਉਂਦੇ ਸੀ, ਹੂ ਵਾਸ, ਦੈਟਸ ਅ ਟੂਰਿਸਟ ਫੈਸਿਲਿਟੀ, ਫਿਰ ਤਾਂ ਉਹਨੂੰ ਕੋਈ ਨਵਜੋਤ ਨੂੰ ਸੜਕਾਂ ਹੀ ਪੱਟਦੇ ਜਿਹੜੀਆਂ ਬਣਾਈਆਂ, ਫੋਰ ਲੈਣਾ, ਫੈਕਟਰੀਆਂ ਬੰਦ ਕਰਦੇ, ਹੈ ਤਾਂ ਹੀ ਸ਼ੁੱਡ ਸਟਾਪ। ਜਿਹੜਾ ਸੋਨਾ ਲੀਕਾ ਦੇ ਪਲਾਂਟ ਦੇ ਇਨੋਗਰੇਸ਼ਨ ਲਈ ਗਏ ਸੀ ਨਾ, ਉਹ ਵੀ ਪਰਮਿਸ਼ਨ, ਉਹ ਸਾਰਾ ਪਲਾਂਟ 2 ਮਹੀਨੇ 'ਚ ਨਹੀਂ ਖੜਾ ਹੋ ਗਿਆ ਸੀਗਾ, ਉਹ ਪਾਲਿਸੀ ਬਾਦਲ ਸਾਹਿਬ ਦੀਆਂ ਸੀ, ਉਹ ਕਿਉਂ ਇਨੋਗਰੇਟ ਕਰਨ ਚਲੇ ਗਏ?